नमस्कार, सत श्री अकाल। तुहाडा सब दा हैलो ग्लोबल पंजाब शो दे विच बहुत बहुत स्वागत है। अज गल करांगे बाहरले भारतीयां दी सुरक्षा बारे कि NRIs पंजाब च सुरक्षित ने। असीं तुहाडे विचार भी जाणांगे, पर उस तो पहलों मैं अज भी दस देवां कि तुसीं इस शो नूं नॉर्थ अमेरिका दे पैसिफिक टाइम मुताबिक शामी 5:30 बजे अते ईस्टर्न टाइम मुताबिक शामी 8:30 बजे लाइव हर हफ्ते मंडे तो फ्राइडे देख सकते हो। रोज़ वांगू ਤੁਸੀਂ ਲਾਈਵ ਸ਼ੋ ਵੇਲੇ ਕਾਲ ਕਰਕੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕਰ ਸਕਦੇ ਹੋ। ਜਿਸ ਵੇਲੇ ਇਸ ਸ਼ੋ ਦੇ ਰਿਪੀਟ ਹੁੰਦੇ ਨੇ ਉਸ ਵੇਲੇ ਤੁਸੀਂ ਸਿਰਫ ਪੁਰਾਣੀ ਰਿਕਾਰਡਿੰਗ ਹੀ ਸੁਣ ਸਕਦੇ ਜੇ। ਸਾਡੇ ਪੁਰਾਣੇ ਸ਼ੋ YouTube ਤੇ ਉਪਲਬਧ ਨੇ, ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਦੇਖ ਸਕਦੇ ਜੇ। ਕੁਝ ਦਿਨ ਪਹਿਲਾਂ ਇੱਕ ਇੰਗਲੈਂਡ ਤੋਂ ਆਏ NRI ਅਚਾਨਕ ਪੰਜਾਬ 'ਚ ਭੇਦ ਭਰੇ ਹਾਲਾਤਾਂ 'ਚ ਗੁੰਮ ਹੋ ਗਏ। ਇਹ ਸਨ ਵੁਲਵਰਹੈਂਪਟਨ ਦੇ ਵਸਨੀਕ ਅਤੇ ਹੋਟਲੀਅਰ ਰਣਜੀਤ ਸਿੰਘ ਪੋਵਰ। ਉਹਨਾਂ ਨੂੰ ਇੱਕ ਦੋਸਤ ਅਤੇ ਇੱਕ ਹੋਰ NRI ਬਲਦੇਵ ਸਿੰਘ ਦਿਓਲ ਨੇ ਅੰਮ੍ਰਿਤਸਰ ਏਅਰਪੋਰਟ 'ਤੇ ਰਿਸੀਵ ਕੀਤਾ ਸੀ ਅਤੇ ਫਿਰ ਉਹ ਫਗਵਾੜਾ ਆਏ। ਰਣਜੀਤ ਸਿੰਘ ਭਾਰਤ 'ਚ ਬਿਜ਼ਨਸ ਟ੍ਰਿਪ ਉੱਤੇ ਆਏ ਸਨ। ਉਹਨਾਂ ਨੇ ਲਾਸਟ ਗੱਲ ਆਪਣੀ ਪਤਨੀ ਨਾਲ ਭਾਰਤ ਪਹੁੰਚ ਕੇ 7 ਮਈ ਨੂੰ ਕੀਤੀ ਸੀ। ਇਸ ਕੇਸ ਦੇ ਵਿੱਚ ਸ਼ੱਕ ਬਲਦੇਵ ਸਿੰਘ 'ਤੇ ਹੀ ਪੈ ਰਿਹਾ ਹੈ ਕਿਉਂਕਿ ਇਹ ਉਹਨਾਂ ਨਾਲ ਲਾਸਟ ਦੇਖੇ ਗਏ ਸੀ। ਰਣਜੀਤ ਸਿੰਘ ਦੇ ਭਰਾ ਅਮਰੀਕ ਸਿੰਘ ਦੀ ਸ਼ਿਕਾਇਤ 'ਤੇ ਬਲਦੇਵ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਬਲਦੇਵ ਸਿੰਘ ਦੇ ਡਰਾਈਵਰ ਤੋਂ ਪੁੱਛਗਿੱਛ ਇਸ ਵੇਲੇ ਕਰ ਰਹੀ ਹੈ। ਅਮਰੀਕ ਸਿੰਘ ਦੇ ਮੁਤਾਬਕ ਉਹਨਾਂ ਦੇ ਭਰਾ ਰਣਜੀਤ ਸਿੰਘ ਨੇ ਬਲਦੇਵ ਸਿੰਘ ਨਾਲ ਬਿਜ਼ਨਸ ਦੀ ਗੱਲ ਕਰਕੇ ਵਾਪਸ ਵੁਲਵਰਹੈਂਪਟਨ ਮਤਲਬ ਵਾਪਸ UK 14 ਮਈ ਨੂੰ ਚੱਲ ਜਾਣਾ ਸੀ, ਪਰ ਉਹ ਉੱਥੇ ਨਹੀਂ ਪਹੁੰਚੇ। ਬਲਦੇਵ ਸਿੰਘ ਜਿਸ 'ਤੇ ਸ਼ੱਕ ਹੈ ਉਹ UK ਨੂੰ 15 ਮਈ ਨੂੰ ਪਰਤ ਗਏ, ਪਰ ਉਹਨਾਂ ਨੇ ਕਿਹਾ ਕਿ ਰਣਜੀਤ ਸਿੰਘ ਇਸ ਕਰਕੇ ਵਾਪਸ ਨਹੀਂ ਗਏ ਕਿਉਂਕਿ ਉਹ ਚੰਡੀਗੜ੍ਹ ਜਾਣਾ ਚਾਹੁੰਦੇ ਸੀਗੇ। ਰਣਜੀਤ ਸਿੰਘ ਦੇ ਪਰਿਵਾਰ ਨੇ ਇਸ ਕੇਸ ਦੀ ਸੁਰਾਗ ਦੱਸਣ ਵਾਲੇ ਨੂੰ £25,000 ਮੇਰੇ ਖਿਆਲ ਕਰੀਬ 25-30 ਲੱਖ ਰੁਪਈਆ ਬਣਦਾ ਵਾ ਇਨਾਮ ਦੇਣਾ ਵੀ ਅਨਾਊਂਸ ਕੀਤਾ, ਇਹਦਾ ਐਲਾਨ ਕੀਤਾ ਵਾ। ਇਹ ਤਾਂ ਇੱਕ ਕੇਸ ਹੈ, ਪਰ ਜੇ ਆਪਾਂ NRIinternet.com ਤੇ ਜਾਈਏ ਤਾਂ ਦਰਜਨਾ ਕੇਸ ਉੱਥੇ ਦਰਜ ਨੇ। ਇਹਨਾਂ 'ਚ NRI ਭੇਦ ਭਰੇ ਹਾਲਾਤਾਂ 'ਚ ਮਾਰੇ ਗਏ ਜਾਂ ਉਹ ਇੱਕ ਤਰੀਕੇ ਨਾਲ ਇੱਥੇ ਆ ਕੇ ਗੁੰਮ ਗਏ। ਬਹੁਤ ਸਾਰੇ ਕੇਸਾਂ 'ਚ ਰਿਸ਼ਤੇਦਾਰ ਜਾਂ ਹੋਰ ਸਕੇ ਸੰਬੰਧੀ ਜਿਹੜੇ ਆ ਉਹਨਾਂ 'ਤੇ ਸ਼ੱਕ ਆ। ਕਈਆਂ ਕੇਸਾਂ ਦੇ ਵਿੱਚ ਉਹ ਦੋਸ਼ੀ ਪਾਏ ਗਏ ਔਰ ਉਹਨਾਂ ਨੂੰ ਸਜ਼ਾ ਵੀ ਹੋਈ। ਕਈ ਬਹੁਤ ਸਾਰੇ ਕੇਸਾਂ ਦੇ ਵਿੱਚ ਕੰਟਰੈਕਟ ਕਿਲਰਸ ਭਾੜੇ 'ਤੇ ਜਿਹੜੇ ਹਾਇਰ ਕੀਤੇ ਗਏ ਜਿਹੜੇ ਹੁੰਦੇ ਆ ਕ੍ਰਾਈਮ ਕਰਨ ਵਾਲੇ ਉਹਨਾਂ ਨੂੰ ਇਸ ਕੇਸਾਂ ਦੇ ਵਿੱਚ ਦੇਖਿਆ ਗਿਆ ਕਿ ਉਹਨਾਂ ਨੂੰ ਹਾਇਰ ਕੀਤਾ ਗਿਆ ਸੀਗਾ। ਇਨਫੈਕਟ ਬਹੁਤ ਕੇਸਾਂ 'ਚ NRI ਉੱਤੇ ਹੋਰ ਜੁਰਮ ਜਿਹਦੇ NRI ਉੱਤੇ ਜਿਹੜੇ ਜੁਰਮ ਜਿਹੜੇ ਜਾਇਦਾਦ ਕਰਕੇ ਨੇ ਜ਼ਿਆਦਾ ਔਰ ਜ਼ਿਆਦਾ ਜਾਂ ਸ਼ਾਦੀ ਦੇ ਵਿੱਚ ਯੂਨੋ ਮੈਰੀਟਲ ਡਿਸਕਾਰਡ ਸ਼ਾਦੀ ਦੇ ਵਿੱਚ ਗੜਬੜੀ ਜਿਹੜੀ ਆ ਉਹਦੇ ਕਰਕੇ ਨੇ। ਤੁਸੀਂ ਵੀ ਦੱਸੋ ਕਿ NRIs ਪੰਜਾਬ 'ਚ ਆਪਣੇ ਆਪ ਨੂੰ ਕਿੰਨਾ ਕੁ ਮਹਿਫੂਸ ਸਮਝਦੇ ਨੇ, ਕੀ ਤੁਹਾਡੇ ਨਾਲ ਜਾਂ ਕਿਸੇ ਨਜ਼ਦੀਕੀ ਨਾਲ ਕੋਈ ਮਾੜਾ ਜਾਂ ਜਾਨਲੇਵਾ ਵਾਕਿਆ ਬੀਤਿਆ, ਇਹਦੇ ਬਾਰੇ ਅਸੀਂ ਇੰਤਜ਼ਾਰ ਕਰਾਂਗੇ। ਤੁਸੀਂ ਵੀ ਆਪਣੇ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰੋ। ਕੁਝ ਸੱਜਣ ਸਾਡੇ ਨਾਲ ਆਲਰੇਡੀ ਜੁੜ ਗਏ ਆ, ਉਹ ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਬਦਾ ਹਰਮੇਲ ਸਿੰਘ ਜੁਬਾ ਸਿੱਟੀ ਤੋਂ ਬੋਲ ਰਿਹਾ। ਹਾਂਜੀ ਹਰਮੇਲ ਸਿੰਘ ਜੀ, ਸਵਾਗਤ ਹੈ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਤੁਹਾਡਾ ਵਿਸ਼ਾ ਤੇ ਅੱਜ ਬਹੁਤ ਹੀ ਜ਼ਿਆਦਾ ਵਧੀਆ ਆ ਜੀ, ਤੇਰੀ ਜ਼ਰੂਰਤ ਵੀ ਬਹੁਤ ਜ਼ਿਆਦਾ ਸੀ, ਪਰ ਮੈਂ ਕੱਲ ਦੇ ਵਿਸ਼ੇ ਤੇ ਇੱਕ ਲਾਈਨ ਵਿੱਚ ਗੱਲ ਮੁਕਾਉਣੀ ਚਾਹੂੰਗਾ। ਹਾਂਜੀ, ਜਿਹੜੀਆਂ ਆਪਾਂ ਰੋਜ਼ਮਰਰਾ ਦੀ ਜ਼ਿੰਦਗੀ 'ਚ ਗਾਲਾਂ ਕੱਢਦੇ ਨਾ ਪੰਜਾਬੀ, ਇਹਦਾ ਇੱਕ ਬਿੱਲੀ ਦਾ ਬੁਲੰਦ ਖਾਂ ਬਣ ਗਿਆ ਸੀ ਸਾਡੇ ਟਾਈਮ ਤੇ ਜਦ ਮੈਂ ਆਰਮੀ 'ਚ ਸਰਵਿਸ ਕਰਦਾ ਸੀ ਜੀ। ਉੱਥੇ ਇੱਦਾਂ ਹੋਇਆ ਕਿ ਇੱਕ ਸੂਬੇਦਾਰ ਮੇਜਰ ਤੇ ਬਟਾਲੀਅਨ ਕਮਾਂਡਰ ਜਿਹੜਾ CO ਹੁੰਦਾ, ਇਹਨਾਂ ਦੇ ਵਿੱਚ ਇੱਕ ਤੂੰ ਕਹਿਣ ਤੋਂ ਹੀ ਏਡਾ ਵੱਡਾ ਮਸਲਾ ਖੜਾ ਹੋ ਗਿਆ ਜੀ। ਤੇ ਉਹ ਸੂਬੇਦਾਰ ਮੇਜਰ ਇੱਕ ਸਿਪਾਹੀ ਦੀ ਆਖਰੀ ਲਾਈਨ ਸੂਬੇਦਾਰ ਮੇਜਰ ਹੁੰਦਾ, ਉਹਨੂੰ 32 ਸਾਲ ਲੱਗ ਜਾਂਦੇ ਆ ਜੀ ਜੀ, ਤੇ ਕਰਨਲ ਬਣਨ ਨੂੰ ਵੀ 16-17 ਸਾਲ ਲੱਗ ਜਾਂਦੇ ਆ। ਰਿਸਪੋਂਸੀਬਿਲਟੀ ਦੋਹਾਂ ਦੀ ਬਹੁਤ ਵੱਡੀ ਹੁੰਦੀ ਆ ਜੀ, ਲੇਕਿਨ ਉਹ ਕਿਸੇ ਗੱਲ ਦੇ ਉੱਤੇ, ਸੂਬੇਦਾਰ ਮੇਜਰ ਦਾ ਵਿਚਾਰਾ ਮੇਰੇ ਵਾਂਗ 5-4 ਜਮਾਤਾਂ ਹੀ ਪੜ੍ਹਿਆ ਆਇਆ ਸੀਗਾ, ਤੇ ਉਹਨੇ ਕਿਤੇ ਆਪਣੇ ਕਰਨਲ ਸੀਗਾ ਐਡਲ ਜੀ ਸਾਊਥ ਦਾ, ਕ੍ਰਿਸਚੀਅਨ ਸੀ, ਉਹਨੂੰ ਤੂੰ ਕਹਿਤਾ। ਅੱਛਾ, ਹਾਂਜੀ, ਉੱਥੋਂ ਉਹ ਗੁੱਸੇ 'ਚ ਆ ਗਿਆ, ਕਹਿੰਦਾ ਤੂੰ ਮੈਨੂੰ ਤੂੰ ਕਿਉਂ ਕਿਹਾ, ਹੈ ਆਪ ਕਹਿਣਾ ਚਾਹੀਦਾ ਸੀ। ਤੇ ਇੱਥੋਂ ਉਹਨਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ, ਗੱਲ ਹੱਥੋਂ ਪਾਈ ਤੱਕ ਚਲੇ ਗਈ ਜੀ, ਰਿਪੋਰਟ ਹੋ ਗਈ, ਬ੍ਰਿਗੇਡੀਅਰ ਤੱਕ ਗਏ। ਤੇ ਅਕਸਰ ਕੀ ਹੋਇਆ, ਜਵਾਨ ਜਿਹੜੇ ਸੀ ਉਹ ਸੂਬੇਦਾਰ ਮੇਜਰ ਦਾ ਪੱਖ ਲੈਣ ਲੱਗ ਗਏ ਤੇ ਅਫਸਰ ਕਰਨਲ ਦਾ,
ਜੀ ਤੇ ਅਫਸਰ ਜਿਹੜੇ ਜਵਾਨ ਸੀ ਉਹ ਅਫਸਰਾਂ ਨੂੰ ਮਾਰਨ ਤੱਕ ਆ ਗਏ, ਉਹਨਾਂ ਨੇ ਹਥਿਆਰ ਕੱਢ ਲਏ। ਕਿਹੜੀ ਕਿਹੜੀ ਬਟਾਲੀਅਨ ਦੀ ਗੱਲ ਹੈ, ਕਿਹੜੀ ਰੈਜੀਮੈਂਟ ਦੀ ਗੱਲ ਹੈ? ਇਹ 18 ਸਿੱਖ ਦੀ ਹੈ ਜੀ। ਹਾਂ, ਅਸਲ ਦੇ ਵਿੱਚ ਹਰਮੇਲ ਸਿੰਘ ਜੀ ਤੁਸੀਂ ਜਿਹੜੀ ਗੱਲ ਦੱਸ ਰਹੇ ਜੇ, ਇਹੋ ਜਿਹੇ ਵਾਕਿਆ ਹੋ ਜਾਂਦੇ ਆ ਕਈ ਵਾਰ। ਇਨਫੈਕਟ ਸੂਬੇਦਾਰ ਮੇਜਰ ਦੀ, ਕਿਉਂਕਿ ਬਹੁਤ ਪੁਰਾਣੀ ਨੌਕਰੀ ਹੁੰਦੀ ਆ ਔਰ ਬਹੁਤ ਸਾਰੇ ਸੂਬੇਦਾਰ ਮੇਜਰ ਨੇ ਵੇਖਿਆ ਹੁੰਦਾ, ਜਿਹੜੇ ਅਫਸਰ ਆ ਜਿਹੜੇ ਭਾਵੇਂ ਸੀ ਓ ਵੀ ਆ ਉਹ 16-18 ਸਾਲ ਦੇ ਬਣ ਜਾਂਦੇ ਆ, ਉਹਨਾਂ ਨੂੰ ਐਜ਼ ਯੰਗ ਆਫਿਸਰਸ ਹੀ ਦੇਖਿਆ ਹੁੰਦਾ ਔਰ ਉਹਨਾਂ ਨੂੰ ਕਈ ਵਾਰ ਐਜ਼ ਇੰਸਟਰਕਟਰ ਟ੍ਰੇਨਿੰਗ ਵੀ ਦਿੱਤੀ ਹੁੰਦੀ ਆ। ਸੋ ਜਿਹੜੇ ਸੂਬੇਦਾਰ ਮੇਜਰ ਆ ਉਹ ਕਈ ਵਾਰ ਅਫਸਰਾਂ ਦੇ ਨਾਲ ਇਹੋ ਜਿਹੀ ਲਿਬਰਟੀ ਲੈ ਲੈਂਦੇ ਆ। ਇਨਫੈਕਟ ਇਸੇ ਕਰਕੇ ਹੀ ਜਿਹੜੇ JCO ਆ ਉਹਨਾਂ ਨੂੰ ਸਾਫ ਕਹਿ ਕੇ ਮੇਰੇ ਖਿਆਲ ਫੌਜ ਦੇ ਵਿੱਚ ਬੁਲਾਉਂਦੇ ਆ, ਕਿਉਂਕਿ ਉਹ ਥੋੜ੍ਹੀ ਜਿਹੀ ਉਹਨਾਂ ਤੋਂ ਵੱਡੀ ਉਮਰ ਦੇ ਹੁੰਦੇ ਆ ਔਰ ਉਹਨਾਂ ਦਾ ਜ਼ਿਆਦਾ ਐਕਸਪੀਰੀਅੰਸ ਹੁੰਦਾ ਉਹਨਾਂ ਨਾਲ। ਬਿਲਕੁਲ, ਇਹ ਬਹੁਤ ਵਧੀਆ ਤੁਸੀਂ ਐਕਸਪੀਰੀਅੰਸ ਸ਼ੇਅਰ ਕੀਤਾ। ਇਹ ਮੇਰੇ ਖਿਆਲ 18 ਸਿੱਖ ਉਹੋ ਹੀ ਅਰੇਂਜਮੈਂਟ, ਉਹੋ ਹੀ ਬਟਾਲੀਅਨ ਆ ਜਿਹਦੇ 1984 'ਚ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਵਾ, ਉਸ ਤੋਂ ਬਾਅਦ ਥੋੜ੍ਹੀ ਜਿਹੀ ਯੂਨਿਟ ਦੇ ਵਿੱਚ ਗੜਬੜੀ ਵੀ ਹੋਈ ਸੀ ਮੇਰੇ ਖਿਆਲ ਜੰਮੂ ਦੇ ਨੇੜੇ ਜਾਂ ਕਿਤੇ ਪੋਸਟਡ ਸੀ। ਠੀਕ ਹੈ ਹਰਮੇਲ ਸਿੰਘ ਜੀ, ਮੈਂ ਇੱਕ ਮਿੰਟ ਹੋਰ ਗੱਲ ਕਰਨੀ ਹੈ ਜੀ। ਜੀ, ਉਹ ਇੱਦਾਂ ਹੋਇਆ ਤੇ ਗੱਲ ਵੱਧਦੀ ਵੱਧਦੀ ਬਹੁਤ ਹੋ ਗਈ ਤੇ ਜਵਾਨ ਜਿਹੜੇ ਉਹਨੇ ਵੀ ਰਫਲਾਂ ਕੱਢ ਲਈਆਂ, ਖਾਸ ਕਰ ਉਹਨਾਂ ਨੇ ਜਿਹਨੂੰ CO ਨੇ ਸਜ਼ਾ ਦਿੱਤੀ ਹੋ ਸੀਗੀ, ਉਹ ਆਪਣਾ ਬਦਲਾ ਲੈਣਾ ਚਾਹੁੰਦੇ ਸੀ। ਉੱਪਰ ਤੱਕ ਉੱਥੇ ਬ੍ਰਿਗੇਡੀਅਰ ਹੁੰਦਾ ਸੀਗਾ ਮਲਿਕ, ਉਹ ਜਿਹੜਾ ਬਾਅਦ ਚ ਚੀਫ ਆਫ ਆਰਮੀ ਸਟਾਫ ਬਣਿਆ, ਉਹਨੇ ਇੱਕਦਮ ਦੂਜੀਆਂ ਪਲਟਣਾਂ ਨੂੰ ਬੁਲਾਇਆ ਤੇ ਬੁਲਾ ਕੇ ਕੋਡਨ ਕਰ ਲਿਆ ਤੇ ਕਿਹਾ ਵੀ ਛੇਤੀ ਨਾਲ ਇਹਨਾਂ ਦੇ ਹਥਿਆਰ ਸਟਾਓ ਪਹਿਲਾਂ। ਤੇ ਫਿਰ ਇਨਕੁਆਇਰੀ ਹੋਈ, ਇਨਕੁਆਇਰੀ ਹੋਣ ਦੇ ਵਿੱਚ ਉਹ ਜਿਹੜਾ CO ਕਹੇ ਵੀ ਇਹਨੇ ਮੈਨੂੰ ਤੂੰ ਕਿਹਾ ਤੇ ਨਾਲੇ ਮੈਨੂੰ ਸਾਲਾ ਕਿਹਾ ਇਹਨੇ, ਕਹਿੰਦੀ ਸਾਲਾ ਹੁਣ ਅਸੀਂ ਰੋਜ਼ ਹੀ ਵਰਤਦੇ ਹਾਂ। ਤੇ ਉਹ ਇੱਥੋਂ ਗੱਲ ਵੱਧਦੀ ਵੱਧਦੀ ਹੋ ਗਈ, ਇਨਕੁਆਇਰੀ ਹੋਈ ਤੇ ਇਨਕੁਆਇਰੀ ਦੇ ਵਿੱਚ ਸੂਬੇਦਾਰ ਮੇਜਰ ਨੂੰ ਹੁਕਮ ਦਿੱਤਾ ਗਿਆ ਕਿ 2 ਘੰਟੇ ਦੇ ਵਿੱਚ ਤੂੰ ਘਰ ਨੂੰ ਚਲੇ ਜਾ ਤੇ ਤੇਰਾ ਹਿਸਾਬ ਕਿਤਾਬ ਪਿੱਛੇ ਆ ਜਾਊਗਾ। ਤੇ ਜਵਾਨਾਂ ਨੇ ਕਿਹਾ ਵੀ ਅੱਜ ਇਹਦੇ ਨਾਲ ਹੋਈ ਹੈ, ਕੱਲ ਨੂੰ ਸਾਡੇ ਨਾਲ ਹੋਊਗੀ। ਉਹਨਾਂ ਨੇ ਇਸ ਚੀਜ਼ ਨੂੰ ਉੱਪਰ ਚੱਕ ਲਿਆ ਤੇ ਅਖੀਰ ਉਹ ਸੂਬੇਦਾਰ ਮੇਜਰ ਦੀ ਜਿਹੜੀ ਸੀਗੀ ਉਹ ਪੋਸਟ ਤਾਂ ਰੁਕ ਗਈ, ਪੈਨਸ਼ਨ ਨਹੀਂ ਭੇਜਿਆ ਉਹਨੂੰ, ਲੇਕਿਨ CO ਨੂੰ ਤੇ ਸੂਬੇਦਾਰ ਮੇਜਰ ਨੂੰ ਦੋਹਾਂ ਨੂੰ ਉਹਨਾਂ ਨੂੰ ਅਲੱਗ ਅਲੱਗ ਹੋਰ ਸਜ਼ਾ ਦਿੱਤੀ। ਹਾਂਜੀ ਹਾਂਜੀ, ਮਸਲਾ ਲੈ ਕੇ ਆਏ ਜਿਹੜਾ ਸਕਰੀਨ ਤੇ ਵੀ ਆ ਰਿਹਾ, ਕੀ ਬਾਹਰਲੇ ਭਾਰਤੀ ਪੰਜਾਬ 'ਚ ਸੁਰੱਖਿਅਤ ਨੇ? ਮੈਂ ਗੁਜ਼ਾਰਿਸ਼ ਕਰੂੰਗਾ ਸਾਰੇ ਆਪਣੇ ਵਿਊਅਰਸ ਨੂੰ, ਕਾਲਰਸ ਨੂੰ, ਸੱਜਣਾਂ ਨੂੰ ਕਿ ਉਹ ਅੱਜ ਦੇ ਵਿਸ਼ੇ ਨੂੰ ਜੇ ਡਿਸਕਸ ਕਰਨ ਤਾਂ ਉਹ ਬਿਹਤਰ ਹੋਊਗਾ। ਹੁਣ ਦੇਖਦੇ ਹਾਂ ਅਗਲੇ ਸੱਜਣ ਕੀ ਕਹਿਣਾ ਚਾਹੁੰਦੇ ਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੰਮੀ ਗਰਲ ਬੋਲ ਰਿਹਾ ਮਲਵਾਕੀ ਤੋਂ। ਹਾਂਜੀ ਭਾਈ ਜਾਨ, ਦੱਸੋ ਕਿ ਤੁਹਾਡਾ ਕੀ ਵਿਚਾਰ ਆ? ਹਾਂਜੀ ਹਾਂਜੀ, ਮੈਂ ਪਰਸੋਂ ਦਾ ਸੁਣ ਰਿਹਾ ਵਾ, ਜਿਹੜੀ ਗਾਲ ਦੀ ਗੱਲ ਹੋ ਰਹੀ ਹੈ ਫਿਲਮ 'ਚ, ਉਹ ਸਿਰਫ ਉਨ 'ਚ ਉਹਨਾਂ ਨੇ ਸ਼ੋ ਕੀਤਾ ਵਾ ਵੀ ਜਦੋਂ ਖੜਕੂਵਾਦ ਆਪਣਾ ਪੰਜਾਬ ਸੀ ਤੇ ਉਹ ਪੁਲਿਸ ਵਾਲੇ ਕਿਵੇਂ ਬਦਸਲੂਕੀ ਕਰਦੇ ਸੀ। ਜੀ, ਇਹੀ ਗੱਲ ਆ, ਕੋਈ ਹੋਰ ਵੱਡੀ ਗੱਲ ਨਹੀਂ। ਬਾਕੀ ਸਾਰਾ ਜਿੰਨੇ ਪੰਜਾਬੀ ਨੇ ਸਾਰੇ ਕੋਈ ਗੱਲ ਕੱਢ ਕੇ ਨਹੀਂ ਬੋਲਦੇ, ਚਲੋ ਠੀਕ ਹੈ ਆਪਣਾ ਥੋੜ੍ਹਾ ਜਿਹਾ ਸੁਭਾਅ ਹੁੰਦਾ ਆਪੋ ਆਪਣਾ ਜੀ, ਪਰ ਇਹਨੂੰ ਐਡੀ ਵੱਡੀ ਗੱਲ ਲੈਣ ਦੀ ਲੋੜ ਨਹੀਂ, ਤੇ ਬਾਕੀ ਚਾਹੀਦਾ ਨਹੀਂ ਸੀ ਫਿਲਮ 'ਚ ਇਹ ਚੀਜ਼ ਸ਼ੋਅ ਕਰਨੀ। ਬਿਲਕੁਲ ਬਿਲਕੁਲ, ਇਹ ਤਾਂ ਚਲੋ ਕੱਲ੍ਹ ਦਾ ਮਸਲਾ ਸੀ, ਅੱਜ ਅਸੀਂ ਗੱਲ ਕਰ ਰਹੇ ਹਾਂ ਵੀ ਕੀ NRIs ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸੇਫ ਸੁਰੱਖਿਅਤ ਫੀਲ ਕਰਦੇ ਆ, ਇਹਦੇ ਬਾਰੇ ਕੁਛ ਕਹਿਣਾ ਚਾਹੋਗੇ ਪੰਮੀ ਜੀ? ਇਹਦੇ ਬਾਰੇ ਇੱਕਣਾ ਜੀ ਵੀ ਜਿਹੜੀਆਂ ਦੇ ਜੀਵਨ ਜਾਤ ਉਹਨਾਂ ਦੇ ਆਪਣੇ ਰੌਲੇ ਨੇ, ਉਹਦੇ ਵਿੱਚ ਤਾਂ ਆਪਾਂ ਬਿਲਕੁਲ ਸੇਫ ਨਹੀਂ ਹੈਗੇ। ਹਾਂ, ਅਤੇ ਬਾਕੀ ਜਿੱਥੇ ਰੌਲਾ ਪੈ ਜਾਵੇ ਤੁਹਾਨੂੰ ਪਤਾ ਹੀ ਹੈ ਜੀ, ਖਤਰਾ ਖਤਰਾ ਹੈਗਾ ਹੀ ਆ ਹਰ ਇੱਕ ਜਗ੍ਹਾ, ਚਾਹੇ ਜਿੱਥੇ ਮਰਜ਼ੀ ਹੋਵੇ। ਜੀ ਜੀ, ਲੋਕ ਲਾਲਚੀ ਬਣੇ ਹੋਏ ਨੇ, ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ, ਕਿਸੇ ਦਾ ਕੁਛ ਨਹੀਂ ਗਿਆ ਜੀ, ਬਾਕੀ ਤੁਹਾਨੂੰ ਦੁਨੀਆਂ ਦਾ ਪਤਾ ਹੀ ਹੈ ਸਭ। ਹਾਂ, ਲਾਲਚ ਲਾਲਚ ਬਹੁਤ ਹੋ ਗਿਆ, ਇਸੇ ਕਰਕੇ ਜਿਹੜੀਆਂ ਜ਼ਿਆਦਾ ਜਾਇਦਾਦਾਂ ਜਿਹੜੀਆਂ ਵਾ ਉਹਨਾਂ ਕਰਕੇ ਰੌਲੇ ਪੈਂਦੇ ਆ ਔਰ ਉਸੇ ਕਰਕੇ ਹੀ ਕਈ ਵਾਰ ਕਤਲ ਵੀ ਹੋ ਜਾਂਦੇ ਆ, ਦੇਖਦੇ ਹਾਂ। ਅਤੇ ਬਾਕੀ ਉਹ ਗਾਲ ਪਿੱਛੇ ਜੇ ਕਿਸੇ ਭਾਈ ਸਾਨੂੰ ਬੁਰਾ ਲੱਗਦਾ ਹੋਵੇ ਤਾਂ ਮੈਂ ਸੌਰੀ ਮੰਨਦਾ ਉਸ ਚੀਜ਼ ਦਾ, ਵੀ ਬਾਕੀ ਉਹ ਸਿਰਫ ਸ਼ੋਅ ਕੀਤਾ ਵਾ ਵੀ ਖੜਕੂਵਾਦ ਵੇਲੇ ਵਾਕਈ ਆਪਾਂ ਜਦੋਂ ਫੜਕ ਲੈ ਜਾਂਦੇ ਤਾਂ ਗਾਲਾਂ ਕੱਢਦੇ ਸੀ ਪੁਲਿਸ ਵਾਲੇ। ਜੀ ਜੀ ਜੀ, ਮੈਂ ਸਮਝ ਗਿਆ ਤਾਰੀ, ਗਦਾਰ ਫਿਲਮ ਦੀ ਤੁਸੀਂ ਗੱਲ ਕਰ ਰਹੇ ਜੇ। ਇਨਫੈਕਟ ਅਸੀਂ ਅੱਜ ਦੇ ਮਸਲੇ ਤੇ ਦੇਖਦੇ ਹਾਂ ਅਗਲੇ ਸ਼ਰੋਤਾ ਕੀ ਕਹਿਣਾ ਚਾਹੁੰਦੇ ਆ। ਹੈਲੋ, ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਕੁਐਸਚਨ ਆ ਮੇਰਾ, ਬੋਲ ਰਹੇ ਤੁਸੀਂ, ਆਪਣੇ ਆਪ ਨੂੰ ਇੰਟਰੋਡਿਊਸ ਤੇ ਕਰੋ। ਸਰ ਜੀ, ਮੈਂ ਗੁਰਦਿਆਲ ਸਿੰਘ ਬੋਲ ਰਿਹਾ ਨਿਊ ਜਰਸੀ ਤੋਂ। ਹਾਂਜੀ ਗੁਰਦਿਆਲ ਜੀ। ਹਾਂਜੀ, ਤੇ ਬੇਨਤੀ ਸੀਗੀ ਤੁਹਾਡਾ, ਜਿਹੜਾ ਮੈਂ ਹੁਣੇ TV ਆਨ ਕੀਤਾ, ਮੈਂ ਪੁੱਛਿਆ ਭਾਈ ਸਾਹਿਬ ਉਹਨਾਂ ਨੂੰ। ਅੱਛਾ, ਜਿਹੜਾ ਤੁਸੀਂ ਕਹਿੰਦੇ ਵੀ NRI ਸੇਫ ਨਹੀਂ, ਬੇਸਿਕਲੀ ਜੋ ਪੰਜਾਬ ਦੇ ਜਿਹੜੇ ਮੁੰਡੇ ਇੱਥੋਂ ਜਾਂਦੇ ਆ NRI ਜਿਹੜੇ ਆ, ਉਹ ਬੇਸਿਕਲੀ ਜੇ ਕਿਸੇ ਵੀ ਉਹਦਾ ਘਰਦਿਆਂ ਨੂੰ ਮਿਲਣ ਵਾਸਤੇ ਜਾਣ ਲਈ ਤਾਂ ਪੂਰੇ ਸੇਫ ਨੇ ਜੀ, ਪਰ ਚੱਕਰ ਜੇ ਕੋਈ ਜੇ ਕੋਰਟ ਕਚਹਿਰੀ ਦਾ ਮਸਲਾ ਹੋਵੇ ਉੱਥੇ ਸੇਫ ਨਹੀਂ ਹੈਗੇ ਜੀ।
ਤੇ ਇਸ ਤਰ੍ਹਾਂ ਸੀ ਵੀ ਮੇਰਾ ਐਕਸਪੀਰੀਅੰਸ ਇਹ ਸੀ ਪਿਛਲੇ ਕੁਛ ਪਿਛਲੇ ਸਾਲ ਸਾਡੇ ਮੇਰੇ ਬ੍ਰਦਰ ਨੇ ਨਾ ਇੱਕ ਦੋ ਕੋਠੀਆਂ ਸੀਗੀਆਂ ਉਹ ਕਿਸੇ ਨੂੰ ਕਿਰਾਏ ਦੇ ਦਿੱਤੀਆਂ ਹੋਈਆਂ ਸੀਗੀਆਂ ਜੀ। ਤੋ ਅਨਫੋਰਚੂਨੇਟਲੀ ਉਹਨਾਂ ਦਾ ਇੱਥੇ ਦੇਹਾਂਤ ਹੋ ਗਿਆ ਸੀਗਾ ਪਿਛਲੇ ਸਾਲ। ਓਕੇ। ਤੇ ਉਸ ਦੀ ਪ੍ਰੋਪਰਟੀ ਦੀ ਮੈਂ ਟੇਕ ਕੇਅਰ ਕਰਨ ਵਾਸਤੇ ਗਿਆ ਤੇ ਜਿਹਨਾਂ ਨੂੰ ਉਹਨੇ ਮੇਰੇ ਬ੍ਰਦਰ ਨੇ ਦਿੱਤੀਆਂ ਸੀ ਕੋਠੀਆਂ ਨਾ, ਹਾਂ ਹਾਂ, ਤੇ ਉਹ ਅਨਫੋਰਚੂਨੇਟਲੀ ਉਹ ਵਕੀਲ ਨੂੰ ਇੱਕ ਨੂੰ ਦਿੱਤੀ ਹੋਈ ਸੀ, ਇੱਕ ਇੱਕ ਕੋਈ ਲੀਡਰ ਆ ਪੰਜਾਬ ਦਾ ਉਹਨੂੰ ਦਿੱਤੀ ਹੋਈ ਸੀਗੀ। ਇਹ ਤੇ ਬਹੁਤ ਗਲਤੀ ਕੀਤੀ, ਉਹ ਦੋਵੇਂ ਅੱਖਾਂ ਦਿਖਾਉਣ ਲੱਗ ਪਏ ਹੋਣੇ ਆ। ਮੈਂ ਕਿਹਾ ਜੀ ਤੁਸੀਂ ਜਾਣੇ ਦਿਓ, ਮੈਂ ਉਹ ਉਲਟਾ ਮੈਂ ਬੇਨਤੀ ਕਰਦਾ ਉਹ ਜਿਹੜਾ ਵਕੀਲ ਆ ਉਹਨੇ ਮੇਰੇ ਤੇ ਸਮਝ ਲੋ ਕਹਿੰਦਾ ਕੀ ਮੈਂ ਕੇਸ ਕਰ ਦੇਣਾ, ਮੈਂ ਆਪ ਡਰਦਾ ਆ ਗਿਆ ਵੀ ਕਿਉਂਕਿ ਮੇਰਾ ਪਿੱਛੇ ਬਿਜ਼ਨਸ ਸੀਗਾ, ਜੇ ਮੈਂ 2 ਮਹੀਨੇ ਉੱਥੇ ਕੱਟ ਵੀ ਜਾਂਦਾ ਪਿੱਛੇ ਉਹਨਾਂ ਉਹ ਉਹਨੇ ਦੀਆਂ ਕੋਠੀਆਂ ਨਹੀਂ ਹੋਣੀਆਂ ਜਿੰਨਾ ਮੇਰੇ ਇੱਥੇ ਨੁਕਸਾਨ ਹੋਣਾ ਸੀਗਾ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਹਾਂ, ਇਹੋ ਇਹੋ ਜਿਹੇ ਕੇਸ ਇੱਥੇ ਬਹੁਤ ਹੋ ਰਹੇ ਆ। ਹਾਂਜੀ, ਤੇ ਸਾਡੇ ਫਿਰ ਫਾਈਨਲੀ ਕਿਵੇਂ ਕਿਵੇਂ ਸੁਲਝਾਇਆ ਉਹ ਕੇਸ ਜਿਹੜਾ ਸੀ? ਨਹੀਂ ਜੀ, ਉਹ ਮੈਂ ਉੱਥੇ ਆਪਣੇ ਕੰਪਲੇਂਟ ਕਰਕੇ ਆ ਗਿਆ ਸੀਗਾ, ਹਜੇ ਤੱਕ ਨਾ ਤਾਂ ਕੋਈ ਕਿਸੇ ਦੀ ਕਾਲ ਆਈ ਆ, ਨਾ ਕਿਸੇ ਐਸ ਐਚ ਓ ਦੀ, ਨਾ ਐਸ ਪੀ ਦੀ, ਨਾ ਕਿਸੇ ਹੋਰ ਜਿਹੜਾ ਲੀਡਰ ਹੈ ਕਿਸੇ ਦੀ ਕਾਲ ਆਈ। ਮੇਰੇ ਖਿਆਲ ਗੁਰਦਾਸ ਜੀ ਤੁਹਾਨੂੰ ਨਾ ਕਿਸੇ ਇੱਥੇ ਕਿਸੇ ਰਿਸ਼ਤੇਦਾਰ ਨੂੰ ਕਹਿਣਾ ਪੈਣਾ ਵਾ ਵੀ ਉਹ ਫੋਲੋ ਅਪ ਕਰ ਲਓ, ਪਰ ਚੰਗੇ ਰਿਸ਼ਤੇਦਾਰ, ਕਈ ਵਾਰ ਰਿਸ਼ਤੇਦਾਰ ਜਿਹੜੇ ਆ ਉਹ ਫੋਲੋ ਅਪ ਕਰਦੇ ਕਰਦੇ ਆਪ ਹੀ ਬੇਈਮਾਨੀ ਕਰ ਜਾਂਦੇ ਆ, ਉਹਦੀ ਵੀ ਧਿਆਨ ਰੱਖਣਾ ਪੈਣਾ। ਖੈਰ, ਸੋ ਫਾਰ ਰਿਸ਼ਤੇਦਾਰ ਤਾਂ ਸਾਡੇ ਸਾਰੇ ਗੁੱਡ ਨੇ, ਪਰ ਉੱਥੇ ਦਾ ਸਿਸਟਮ ਬਹੁਤ ਡਰਟੀ ਆ, ਗੰਦਾ ਆ। ਹੋਰ ਤੁਸੀਂ ਯਕੀਨ ਜਾਣੋਗੇ, ਜਦੋਂ ਮੈਂ ਐਸ ਪੀ ਦੇ ਦਫ਼ਤਰ ਵਿੱਚ ਐਪਲੀਕੇਸ਼ਨ ਦੇਣ ਗਿਆ, ਜਿਹੜਾ ਉੱਥੇ ਦਾ ਜਿਹੜਾ ਉਹਦਾ ਐਸ ਪੀ ਦਾ ਸੀਗਾ ਨਾ ਪੀ ਏ ਜਾਂ ਮੋਹਰੇ ਕੰਮ ਕਰਦੇ ਮੁੰਡੇ ਜਿਹੜੇ ਜੀ, ਉਹਨਾਂ ਨੇ ਹਾਲਾਂਕਿ ਮੈਂ ਕੇਸ ਰੱਖੇ ਹੋਏ ਨੇ ਸਭ ਕੁਛ ਆ, ਉਹ ਦੀਦਾ ਵੀ ਕਿੱਥੋਂ ਦਾ, ਮੈਨੂੰ ਪੁੱਛਦੇ ਭਾਈ ਸਾਹਿਬ ਤੁਹਾਡੀ ਬਰਾਦਰੀ ਕੀ ਆ। ਅੱਛਾ, ਮੈਂ ਕਿਹਾ ਵੀ ਬਰਾਦਰੀ ਦਾ ਕੋਠੀ ਦਾ ਕੀ ਲਿੰਕ ਆ, ਮੈਨੂੰ ਇਹ ਦੱਸ। ਬਿਲਕੁਲ ਠੀਕ ਹੈ। ਮੈਂ ਕਿਹਾ ਵੀ ਜੇ ਤਾਂ ਉਹ ਕੋਠੀ ਬਰਾਦਰੀ ਕਰਕੇ ਛੁੱਟਦੀ ਮੈਂ ਦੱਸ ਦਿੰਦਾ। ਜਦੋਂ ਮੈਨੂੰ 2 ਵਾਰੀ ਕੁਐਸਚਨ ਕੀਤਾ ਐਸ ਪੀ ਦੇ, ਐਸ ਪੀ ਮੈਂ ਨਵਾਂ ਸ਼ਹਿਰ ਤੋਂ, ਬੇਸਿਕਲੀ ਮੈਂ ਤੁਹਾਨੂੰ ਦੱਸ ਰਿਹਾ ਇਹ ਨਵਾਂ ਸ਼ਹਿਰ ਦੇ ਐਸ ਪੀ ਦਾ ਦਫ਼ਤਰ ਦੀ ਗੱਲ ਆ ਇਹ। ਬਿਲਕੁਲ ਜੀ, ਬਿਲਕੁਲ। ਆਈ ਥਿੰਕ ਪੁਲਿਸ ਦੀ ਟ੍ਰੇਨਿੰਗ ਵੀ ਗਲਤ ਆ, ਇਨਫੈਕਟ ਰਵੱਈਆ ਵੀ ਗਲਤ ਆ, ਟ੍ਰੇਨਿੰਗ ਵੀ ਗਲਤ ਆ, ਔਰ ਇਹ ਸਿਸਟਮ ਜਿਹੜਾ ਵਾ ਇਹ ਹੈ ਤਾਂ ਮਾੜਾ ਸਿਸਟਮ ਹੈ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਸਿਸਟਮ ਦੇ ਵਿੱਚ ਹੀ ਬਿਹਤਰੀ ਜੇ ਆ ਜਾਏ ਅਤੇ ਬੈਟਰ ਹੈ, ਕਿਉਂਕਿ ਸਾਰੇ ਜਿਹੜੇ ਆ ਉਹ ਇੰਨੀ ਕਿਸਮਤ ਵਾਲੇ ਨਹੀਂ ਗਏ ਵੀ ਬਾਹਰਲੇ ਜਾ ਕੇ ਮੁਲਕਾਂ ਦੇ ਵਿੱਚ ਸੈਟਲ ਹੋ ਜਾਣ, ਉਹ ਤੁਹਾਡੇ ਵਾਂਗੂ ਉੱਥੇ ਚੰਗਾ ਬਿਜ਼ਨਸ ਕਾਰੋਬਾਰ ਕਰ ਸਕਣ। ਗੁਰਦਿਆਲ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ। ਅਸੀਂ ਆਸ ਕਰਦੇ ਹਾਂ ਵੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਵਾ ਜੇ ਆਪਾਂ ਕਰਦੇ ਰਵਾਂਗੇ ਤਾਂ ਇੱਥੇ ਸਿਸਟਮ ਦੇ ਵਿੱਚ ਡੈਫੀਨੇਟਲੀ ਕੋਈ ਨਾ ਕੋਈ ਇੰਪਰੂਵਮੈਂਟ ਆ ਸਕੂਗੀ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ। ਹੈਲੋ, ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਕੁਲਵੀਰ। ਹਾਂਜੀ ਕੁਲਵੀਰ ਜੀ। ਹਾਂਜੀ ਹਾਂਜੀ। ਮੇਰਾ ਫਿਰ ਐਸ ਯੂਜ਼ੁਅਲ ਮੇਰਾ ਹਮੇਸ਼ਾ ਜਿਹੜੇ ਹੋਰ ਆਪਣੇ ਜਿੰਨੇ ਵੀ ਤੁਹਾਡੇ ਫੋਨ ਕਰਨ ਵਾਲੇ ਉਹਨਾਂ ਤੋਂ ਵੱਖਰਾ ਵਿਚਾਰ ਹੈਗਾ। ਜਿਹੜੇ ਸਾਡੇ ਇੱਥੋਂ ਬਾਹਰਲੇ ਮੁਲਕਾਂ ਤੋਂ ਜਾਂਦੇ ਆ ਨਾ, ਜਿਹੜੇ ਉੱਥੋਂ ਪੰਜਾਬ ਦੀ ਜਿਹੜੀ ਗਰੀਬ ਜਨਤਾ ਹੈਗੀ ਆ, ਉਹਨਾਂ ਨੂੰ ਵੀ ਭੁੱਖੇ ਮਾਰ ਦਿੰਦੇ ਹੈਗੇ ਆ ਸਾਡੇ ਬਾਹਰਲੇ ਲੋਕੀ ਜਾ ਕੇ। ਬਾਹਰਲੇ ਲੋਕੀ ਜਾ ਕੇ ਉਹਨਾਂ ਨੂੰ ਭੁੱਖੇ ਮਾਰ ਦਿੰਦੇ ਆ। ਮੈਂ ਤੁਹਾਨੂੰ ਦੱਸਦੀ ਆ ਨਾ ਕਿਵੇਂ, ਹਾਂਜੀ, ਕਿਉਂਕਿ ਇਹ ਜਾਂਦੇ ਆ ਨਾ ਕੋਲ ਟਾਈਮ ਥੋੜਾ ਹੁੰਦਾ, ਇਹ ਕੋਈ ਕਲਰਕ ਹੈ ਕੋਈ ਕੁਛ ਹੈ, ਸਭ ਨੂੰ ਉਹਨੂੰ ਪੈਸੇ ਦੇਣੇ, ਇਹਨਾਂ ਨੂੰ ਜਾ ਕੇ ਮੇਰਾ ਕੰਮ ਕਰਦੇ, ਮੈਂ ਫਲਾਈਟ ਲੈਣੀ ਆ। ਓਕੇ, ਕਿਉਂ ਕਰਦੇ ਆ? ਜਦੋਂ ਤੁਹਾਡੇ ਯੂ ਹੈਵ ਯੂਅਰ ਫੰਡਾਮੈਂਟਲ ਰਾਈਟਸ, ਯੂ ਯੂਜ਼ ਯੂਅਰ ਪਾਵਰ, ਕਿ ਵੀ ਸਾਡੇ ਫੰਡਾਮੈਂਟਲ ਰਾਈਟਸ ਹੈ, ਮੈਂ ਇੱਥੋਂ ਦਾ ਜੰਪਲ ਹੈਗਾ, ਮੇਰੀ ਪ੍ਰੋਪਰਟੀ ਹੈ, ਕੁਛ ਵੀ ਕੋਈ ਵੀ ਕੰਮ ਹੈਗਾ, ਯੂ ਸ਼ੁੱਡ ਨੋ ਯੂਅਰ ਰਾਈਟਸ, ਕਿ ਸਾਡੇ ਕੀ ਰਾਈਟਸ ਹੈਗੇ, ਗੋ ਥਰੂ ਪ੍ਰੋਪਰ ਚੈਨਲ, ਇਫ ਸਮਬਡੀ ਟੈਲਸ ਯੂ ਕਿ ਸਾਨੂੰ ਪੈਸੇ ਦਿਓ, ਅਗਲੇ ਨੂੰ ਉੱਥੇ ਬੰਦਾ ਬਣਾਓ ਵੀ ਆ ਜਾਓ ਤੈਨੂੰ ਪੈਸੇ ਦਿੰਦੇ ਹਾਂ ਅਸੀਂ। ਸਾਡੇ ਲੋਕਾਂ ਨੂੰ ਇਹ ਹੁੰਦਾ ਜਾ ਕੇ ਡਾਲਰਾਂ ਦੀ ਧੌਂਸ ਜਮਾਉਣੀ ਹੁੰਦੀ ਹੈ, ਸਾਡੇ ਲੋਕ ਜਾ ਕੇ ਉੱਥੇ ਪੈਸੇ ਦਿੰਦੇ ਆ, ਤਾਂ ਉਹਨਾਂ ਦੇ ਮੂੰਹ ਖੁੱਲੇ ਹੋਏ ਆ ਉਹਨਾਂ ਲੋਕਾਂ ਦੇ। ਮੇਰੇ ਨਾਲ ਤਾਂ ਸਾਨੂੰ ਆਏ ਇੰਨੇ ਸਾਲ ਹੋ ਗਏ, ਮੇਰੇ ਨਾਲ ਤਾਂ ਅੱਜ ਤੱਕ ਇੱਦਾਂ ਦਾ ਕੁਛ ਹੋਇਆ ਨਹੀਂ ਭਾਜੀ। ਬਿਲਕੁਲ ਜੀ, ਮੈਂ ਮੰਨਦਾ ਮੈਂ ਇਸ ਚੀਜ਼ ਨੂੰ ਕਿ ਬਿਲਕੁਲ ਬਾਹਰਲੇ ਲੋਕਾਂ ਨੂੰ ਤਾਂ ਬਿਲਕੁਲ ਪੈਸੇ ਨਹੀਂ ਦੇਣੇ ਚਾਹੀਦੇ ਕੁਲਵੀਰ ਕੌਰ ਜੀ, ਕਿਉਂਕਿ ਉੱਥੇ ਤਾਂ ਤੁਸੀਂ ਵੇਖਿਆ ਹੀ ਆ ਜੀ, ਉੱਥੋਂ ਦਾ ਸਿਸਟਮ ਅਸੀਂ ਲਿਆਉਣ ਦੀ ਇੱਥੇ ਕੋਸ਼ਿਸ਼ ਕਰਦੇ ਹਾਂ, ਅਤੇ ਇੱਥੇ ਪੈਸੇ ਦੇਣੇ ਬਿਲਕੁਲ ਨਹੀਂ ਬਣਦੇ। ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਕਿ ਜੇ ਕੋਈ ਪੈਸੇ ਮੰਗਦਾ ਵਾ ਤਾਂ ਉਹਦੀ ਸਗੋਂ ਸ਼ਿਕਾਇਤ ਕਰੀਏ। ਉਹ ਪ੍ਰੋਬਲਮ ਇੱਕੋ ਹੀ ਆ ਜਾਂਦੀ ਹੋਣੀ ਆ ਮੇਰੇ ਖਿਆਲ, ਉਹਨਾਂ ਨੂੰ ਲੱਗਦਾ ਹੋਣਾ ਵੀ ਛੇਤੀ ਕੇਸ ਜਿਹੜਾ ਵਾ ਨਿਪਟਾਇਆ ਜਾਏ, ਕਿਉਂਕਿ ਲੋਕਾਂ ਨੇ ਵਾਪਸ ਵਾਕਈ ਉਹਨਾਂ ਨੇ ਟਿਕਟ ਲਈ ਹੁੰਦੀ ਆ, ਰਿਟਰਨ ਟਿਕਟ ਕਈ ਵਾਰ ਲਈ ਹੁੰਦੀ ਆ, ਔਰ ਉਹਨਾਂ ਦਾ ਕੋਸ਼ਿਸ਼ ਹੁੰਦੀ ਆ ਵੀ ਉਦੋਂ ਤੱਕ ਜਿਹੜਾ ਕੇਸ ਆ ਉਹਦਾ ਨਿਪਟਾਰਾ ਹੋ ਜੇ। ਪਰ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਵੀ ਜੇ ਇਸ ਤਰ੍ਹਾਂ ਆਪਾਂ ਪੈਸੇ ਦੇਣ ਲੱਗ ਪਏ, ਔਰ ਕਿਉਂਕਿ ਬਾਹਰੋਂ ਲੋਕ ਆਉਂਦੇ ਆ ਔਰ ਉਹ ਕਨਵਰਸ਼ਨ ਦੇ ਵਿੱਚ ਉਹ ਪੈਸੇ ਦੇ ਵੀ ਸਕਦੇ ਆ, ਕਿਉਂਕਿ ਬਾਹਰ ਪੈਸੇ ਜਿਹੜੇ ਆ ਡਾਲਰਸ ਕਮਾਏ ਹੁੰਦੇ ਆ, ਔਰ ਇੱਥੇ ਜਦੋਂ ਆ ਕੇ ਕਨਵਰਟ ਹੁੰਦਾ ਵਾ ਉਹ 50-60 ਰੁਪਈਏ ਹੋ ਜਾਂਦੇ ਆ, ਉਹਨੂੰ ਲੱਗਦਾ ਵੀ ਇੱਥੇ ਥੋੜ੍ਹਾ ਜਿਹਾ ਪੈਸੇ ਦੇਣੇ ਸੌਖੇ ਆ। ਪਰ ਪੈਸੇ ਉੱਥੇ ਵੀ ਤੁਸੀਂ ਵੇਖਿਆ ਹੀ ਆ ਕਿਵੇਂ ਤੁਸੀਂ ਕਮਾਉਂਦੇ ਜੇ, ਸੋ ਮੇਰੇ ਖਿਆਲ ਇਹ ਪੈਸੇ ਵਾਲੇ ਚੱਕਰ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਰੀਜ਼ਨ ਕਿਸੇ ਵੀ ਕਾਰਨ ਕਰਕੇ ਇਨਕਰੇਜ ਬਿਲਕੁਲ ਨਹੀਂ ਕਰਨਾ ਚਾਹੀਦਾ। ਦਿੱਲੀ ਦੇ ਵਿੱਚ ਦੇਖੋ ਕਾਫੀ
ਵੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਵੀ ਪੈ ਜੇ, ਕੋਈ ਜ਼ਰੂਰਤ ਹੀ ਨਾ ਕਰੇ ਵੀ ਪੈਸੇ ਲੈ ਕੇ ਵੀ ਕੋਈ ਕੰਮ ਹੋ ਸਕਦਾ, ਉਹ ਤਦ ਹੀ ਹੋਊਗਾ ਜੇ ਅਸੀਂ ਪੈਸਾ ਦੇਣਾ ਦੇਣ ਤੋਂ ਇਨਕਾਰ ਕਰ ਦਈਏ ਔਰ ਜਿਹੜਾ ਪੈਸਾ ਮੰਗੇ ਉਹਨੂੰ ਐਕਸਪੋਜ਼ ਕਰੀਏ। ਕੁਲਵੀਰ ਕੌਰ ਜੀ ਬਹੁਤ ਬਹੁਤ ਧੰਨਵਾਦ, ਦੇਖਦੇ ਹਾਂ ਅਗਲੇ ਸੱਜਣ ਸਾਡੇ ਕੀ ਪ੍ਰਸਤਾਵ ਲੈ ਕੇ ਆਏ ਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ, ਅਜੀਤ ਸਿੰਘ ਬੋਲਦਾ ਜੀ। ਕੌਣ ਜੀ ਬੋਲ ਰਹੇ ਜੀ? ਮੈਂ ਅਜੀਤ ਸਿੰਘ ਸੂਚ ਬੋਲਦਾ, ਕੈਲੀਫੋਰਨੀਆ ਤੋਂ। ਹਾਂਜੀ ਅਜੀਤ ਸਿੰਘ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਦੱਸੋ ਕੀ ਕਹਿਣਾ ਚਾਹੁੰਦੇ ਜੀ, ਤੁਹਾਡਾ ਕੀ ਵਿਚਾਰ ਹੈ ਇਸ ਮਸਲੇ ਤੇ, NRI ਦੀ ਸੁਰੱਖਿਆ ਬਾਰੇ? ਦੇਖੋ ਜੀ, ਜ਼ਿਆਦਾ ਜਿਹੜਾ ਮਸਲਾ ਹੈਗਾ ਆ, ਉੱਥੇ ਜਿਹੜੀ NRI ਲੋਕਾਂ ਦੀ ਪ੍ਰੋਪਰਟੀ ਹੈਗੀ ਆ, ਬਿਲਡਿੰਗਾਂ ਹੈਗੀਆਂ, ਜ਼ਮੀਨ ਜਾਇਦਾਦ, ਉਹਦੇ ਵਿੱਚ ਜ਼ਿਆਦਾ ਰੌਲਾ ਰੱਪਾ ਬਹੁਤ ਜ਼ਿਆਦਾ ਹੈਗਾ ਆ। ਉਹਨਾਂ ਨੂੰ ਪਤਾ ਹੁੰਦਾ ਵੀ ਇਹਨਾਂ ਨੇ ਇੱਥੇ ਮਹੀਨਾ ਤੋਂ ਵਾਧੂ, ਦੋ ਮਹੀਨੇ ਤੋਂ ਵਾਧੂ ਰਹਿ ਨਹੀਂ ਸਕਦੇ ਜੀ। ਤੇ ਜਿਵੇਂ ਹੁਣ ਕੋਈ ਭੈਣ ਜੀ ਪਹਿਲਾਂ ਗੱਲ ਕਰਕੇ ਗਈ ਆ ਵੀ ਪੁਲਿਸ ਨੂੰ ਪੈਸੇ ਜਾਂ ਲੋਕਾਂ ਨੂੰ ਪੈਸੇ ਕਿਉਂ ਦੇ, ਉਹ ਦੇਣੇ ਪੈਂਦੇ ਕਰਿਆ ਕੀ? ਮੇਰਾ ਆਪਣਾ ਤਜਰਬਾ ਹੈਗਾ, ਮੈਨੂੰ ਥੋੜੇ ਜਿਹੇ ਵੀਜ਼ਾ ਐਕਸਟੈਂਡ ਕਰਾਉਣ ਦੀ ਲੋੜ ਪਈ ਸੀਗੀ। ਮੈਨੂੰ ਉਹਨਾਂ ਨੇ ਬੜੇ ਚੱਕਰ ਮਰਾਏ, ਕਦੀ ਕਦੇ ਦਿੱਲੀ ਜਾਓ, ਕਦੀ ਕਦੇ ਹੁਸ਼ਿਆਰਪੁਰ ਜਾਓ। ਮੈਂ ਅਖੀਰ ਤੇ ਉਹਨਾਂ ਨੂੰ ਪੈਸੇ ਦੇ ਕੇ ਮੈਨੂੰ ਵੀਜ਼ੇ ਦੀ ਐਕਸਟੈਂਡ ਉਹਨੇ ਕੀਤੀ ਆ। ਸੋ ਇਹ ਬੰਦਾ ਮਜਬੂਰ ਹੋ ਕੇ, ਜੇ ਤਾਂ ਰੌਲਾ ਪਾਓਗੇ ਤੇ ਲੋਕੀ ਸਾਰੇ ਆ, ਉਹਨਾਂ ਦੇ ਆਪਣੇ ਮਿਲੇ ਗਏ ਆਪਣੇ ਬੰਦੇ ਆ, ਰੌਲਾ ਪਾ ਕੇ ਕਿਹਨੂੰ ਸੁਣਾਓਗੇ? ਸੁਣਨ ਵਾਲਾ ਵੀ ਉਹ ਹੀ ਬੰਦਾ ਕਰਪਟ ਹੈਗਾ, ਸੁਣ ਕਰਨ ਵਾਲਾ ਵੀ ਕਰਪਟ ਹੈਗਾ। ਜਦੋਂ ਬੰਦਾ ਸੁਣਨ ਵਾਲੀ ਆਵਾਜ਼ ਹੋਵੇ, ਸੁਣਾਉਣਾ ਚਾਹੁੰਦੇ ਆ, ਮੈਂ ਚਾਹੁੰਦਾ ਵੀ ਬਿਲੋਂ ਸੁਣਾਈ ਜਾਵੇ, ਕਰਪਟ ਬੰਦ ਆ, ਕਰਪਟਨ ਜਿਹੜੇ ਬੰਦੇ ਬੰਦ ਹੋਣ, ਕਰਪਸ਼ਨ ਬੰਦ ਹੋਵੇ, ਪਰ ਤੁਹਾਡੇ ਕੋਲ ਮਜਬੂਰੀ ਹੁੰਦੀ, ਤੁਸੀਂ ਕਰ ਕੁਛ ਨਹੀਂ ਸਕਦੇ। ਤੁਹਾਨੂੰ ਕੀ ਅਜੀਤ ਸਿੰਘ ਜੀ ਲੱਗਦਾ ਵਾ ਵੀ ਕੀ ਕਰਨ ਦੀ ਲੋੜ ਆ, ਇਹ ਬਿਹਤਰੀ ਕਿਵੇਂ ਆ ਸਕਦੀ ਹੈ ਸਾਡੇ ਸਿਸਟਮ 'ਚ, ਸਿਸਟਮ 'ਚ ਇੰਪਰੂਵਮੈਂਟ ਕਿਵੇਂ ਲਿਆ ਸਕਦੇ ਹਾਂ? ਜੋ ਅਸੀਂ ਜੋ ਖਬਰਾਂ ਵੀ ਸੁਣ ਰਹੇ, ਦਿੱਲੀ ਦੀਆਂ ਜੋ ਖਬਰਾਂ ਸੁਣ ਰਹੇ ਹਾਂ, ਉਹਦੇ ਨਾਲ ਮੈਂ ਅਸੀਂ ਬੜੇ ਸਾਰੇ ਸਹਿਮਤ, ਸਾਰੇ ਬਾਹਰ ਲੋਕ ਆਮ ਆਦਮੀ ਨਾਲ ਬਹੁਤ ਸਹਿਮਤ ਹੈਗੇ ਆ। ਕਿਸੇ ਇਸ ਤਰ੍ਹਾਂ ਦੇ ਲੋਕੀ, ਇਸ ਤਰ੍ਹਾਂ ਦੀ ਜਿਹੜੀ ਵਜਾਰਤ ਹੈਗੀ ਆ ਸਾਰੇ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਆ ਜਾਵੇ, ਤੇ ਮੈਂ ਕਹਿੰਦਾ ਵੀ ਬਹੁਤ ਭਲਾ ਹੋਏਗਾ। ਇੱਕ ਮੇਰੀ ਹੁਣ ਹੋਰ ਗੱਲ ਹੈਗੀ ਆ ਜੀ, ਜਿਵੇਂ ਮੇਰੀ ਆਪਣੀ ਜ਼ਮੀਨ ਆ ਜੀ, ਉਹ ਮੈਂ ਕਿਸੇ ਨੂੰ ਮਾਮਲੇ ਦੇ ਕੇ ਆਇਆ ਸੀਗਾ, ਤੇ ਮੈਂ ਅੱਗੇ 5-6 ਸਾਲ ਮੈਂ ਅੱਗੇ ਛੁਡਾਉਣਾ ਚਾਹੁੰਦਾ, ਮੈਂ ਕਿਸੇ ਆਪਣਾ ਤਬਦੀਲ ਕਰਨਾ ਚਾਹੁੰਦਾ, ਨਵਾਂ ਬੰਦਾ ਲਿਆਉਣਾ ਚਾਹੁੰਦਾ ਜੀ। ਪਰ ਉਹ ਕਹਿੰਦਾ ਜੀ, ਉਹਦਾ ਮੈਨੂੰ ਹੁਣ ਮੈਨੂੰ ਖਬਰ ਆਈ, ਉਹ ਕਹਿੰਦਾ ਵੀ ਮੈਂ ਤੁਹਾਡੀ ਜ਼ਮੀਨ ਛੱਡਣੀ ਨਹੀਂ, ਮੈਂ ਆਪਣਾ ਜਿਹੜਾ ਮੇਰਾ ਜੋ ਕਬਜ਼ਾ ਮੈਂ ਛੱਡਣਾ ਨੀਗਾ। ਹੁਣ ਦੱਸੋ, ਇਹ ਸਾਰੀ ਦੀ ਸਾਰੀ ਝਗੜੇ ਵਾਲੀ ਗੱਲ ਆ, ਪਿਛਲੇ ਪੈਸੇ ਮੈਂ ਦਿੱਤੇ ਨੇ ਕਿ ਅਗਲਾ ਕਹਿੰਦਾ ਮੈਂ ਛੱਡਣਾ ਨੀਗਾ। ਮੇਰੇ ਖਿਆਲ ਅਜੀਤ ਸਿੰਘ ਜੀ, ਜੇ ਕਾਨੂੰਨ ਬਣ ਜਾਵੇ ਵੀ NRIs ਦੀ ਕੋਈ ਵੀ ਜਿਹੜੀ ਜ਼ਮੀਨ ਆ ਉਹ ਕਿਸੇ ਹਾਲਤ ਦੇ ਵਿੱਚ ਵੀ ਟੇਕ ਓਵਰ ਨਹੀਂ ਹੋ ਸਕਦੀ, ਹੜੱਪੀ ਨਹੀਂ ਜਾ ਸਕਦੀ, ਉਹ ਉੱਥੇ ਕਬਜ਼ਾ ਨਹੀਂ ਹੋ ਸਕਦਾ, ਤੇ ਉਹਦੇ ਨਾਲ ਫਰਕ ਪਊਗਾ? ਭਾਈ ਸਾਹਿਬ ਜੀ, ਕਾਨੂੰਨ ਤਾਂ ਬਹੁਤ ਹਿੰਦੁਸਤਾਨ ਵਿੱਚ, ਮੈਂ ਕਹਿੰਦਾ ਅਮਰੀਕਾ ਤੋਂ ਜ਼ਿਆਦਾ ਕਾਨੂੰਨ ਹੈ, ਪਰ ਕਾਨੂੰਨਾਂ ਨੂੰ ਮੰਨਦਾ ਕੋਈ ਨਹੀਂ ਗਾ। ਉਹਨਾਂ ਨੂੰ ਜਿਹੜੇ ਮੰਨਣ ਵਾਲੇ, ਜਿਹੜੇ ਜਿੱਦਾਂ ਕਹਿੰਦੇ ਨਾ ਬ੍ਰੇਕਨ ਉਹ ਕੰਮ ਸਾਡੇ ਚੱਲ ਰਿਹਾ, ਜਿਹੜੇ ਕਾਨੂੰਨ ਬਣਾ ਰਹੇ ਆਪ ਹੀ ਤੋੜ ਰਹੇ ਆ, ਜਿਹੜੇ ਕਾਨੂੰਨ ਬਣਾ ਰਹੇ ਆ ਆਪ ਹੀ ਤੋੜ ਰਹੇ ਆ। ਬਿਲਕੁਲ, ਜਿਹੜੇ ਕਾਨੂੰਨ ਬਣਾ ਰਹੇ ਆ ਆਪ ਹੀ ਤੋੜ ਰਹੇ ਆ, ਇਸੇ ਕਰਕੇ ਕਾਨੂੰਨ ਬਣਾਉਣ ਵਾਲੇ ਹੀ ਸਾਨੂੰ ਉਹੋ ਜਿਹੇ ਲਿਆਉਣੇ ਚਾਹੀਦੇ ਆ ਜਿਹੜੇ ਸਹੀ ਲੋਕ ਹੋਣ। ਅਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ। ਇੱਕ ਹੋਰ ਸੱਜਣ ਦੇ ਅਸੀਂ ਵਿਚਾਰ ਸੁਣ ਕੇ ਫਿਰ ਅਸੀਂ ਬ੍ਰੇਕ ਲੈਂਦੇ ਹਾਂ। ਹੈਲੋ, ਹੈਲੋ ਕਨਵਰ ਸਾਹਿਬ। ਹਾਂਜੀ ਹਾਂਜੀ, ਦੱਸੋ। ਹੈਲੋ, ਹਾਂਜੀ ਹਾਂਜੀ, ਤੁਸੀਂ ਔਨ ਏਅਰ ਜੀ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਲਾਸ ਵੇਗਸ ਨਵੈਰਾ ਤੋਂ ਬੋਲ ਰਹੇ ਹਾਂ। ਕੌਣ ਬੋਲ ਰਹੇ ਜੀ ਤੁਸੀਂ? ਮੇਰਾ ਨਾਮ ਜੱਸੀ। ਹਾਂਜੀ, ਦੱਸੋ ਕੀ ਕਹਿਣਾ ਚਾਹੁੰਦੇ ਜੇ? ਮੈਂ ਇਹ ਕਹਿਣਾ ਚਾਹੁੰਦੀ ਸੀ, ਮੈਂ ਕਹਿੰਦੀ ਕਹਿ ਰਹੇ ਸੀਗੇ ਵੀ NRI ਜਦੋਂ ਜਾਂਦੇ ਆ ਇੰਡੀਆ ਤੇ ਆਪਣੀ ਉਹ ਪੈਸੇ ਦਾ ਰੋਗ ਦਿਖਾਉਂਦੇ ਆ ਇਸ ਤਰ੍ਹਾਂ ਆ, ਫਿਰ ਉਹਨਾਂ ਨੂੰ ਮਜਬੂਰੀ ਕਰਕੇ ਦਿਖਾਉਣਾ ਪੈਂਦਾ ਜੀ। ਹੁਣੇ ਮੇਰੇ ਹੱਥ ਵੈਂਸ ਥੋੜੇ ਦਿਨ ਹੀ ਹੋਏ ਆ ਆਏ ਆ ਇਹੀ ਕੰਮ ਕਰਕੇ, ਪਰ ਉਹ ਕਹਿ ਰਹੇ ਸੀਗੇ ਵੀ ਅਸੀਂ ਜਦੋਂ ਕਿਸੇ ਨੂੰ ਨਹੀਂ ਪੈਸੇ ਦਿੰਦੇ ਜਾਂ ਇੱਦਾਂ ਨਹੀਂ ਕਰਦੇ, ਕਹਿੰਦੇ ਆਫੀਸਰ ਅੰਦਰ ਹੀ ਬੈਠੇ ਹੁੰਦੇ ਆ ਜਦੋਂ ਕਿ ਕਹਿ ਦਿੰਦੇ ਆ ਅਗਲੇ ਹਫ਼ਤੇ ਆਇਓ। ਰਾਈਟ ਰਾਈਟ, ਜਦੋਂ ਉਸਨੂੰ ਅਸੀਂ ਕੁਛ ਮਤਲਬ ਕਿ ਦਿੰਦੇ ਆ ਪੈਸੇ ਦਿੰਦੇ ਆ ਜਾਂ ਕੁਛ ਵੀ ਦਿੰਦੇ ਆ, ਫਿਰ ਉਹੀ ਆਫੀਸਰ ਉਸੇ ਵੇਲੇ ਅਵੇਲੇਬਲ ਹੋ ਜਾਂਦੇ ਆ ਵੀ ਕਦੋਂ। ਭੈਣ ਜੀ, ਤੁਹਾਨੂੰ ਲੱਗਦਾ ਵਾ ਜੇ ਇੱਥੇ ਕੋਈ ਇਹੋ ਜਿਹੀ ਸੰਸਥਾ ਬਣ ਜਾਵੇ, ਵੈਸੇ ਤਾਂ NRI ਸਭਾ ਬਣੀ ਆ, ਵੀ ਜਿਹਨਾਂ ਕੋਲ ਤੁਸੀਂ ਜਾ ਕੇ ਸ਼ਿਕਾਇਤ ਕਰ ਸਕੋ ਤੇ ਉਹ ਆਪੇ ਹੀ ਤੁਹਾਡੇ ਮਸਲੇ ਟੇਕ ਅਪ ਕਰਨ ਤੁਹਾਡੇ ਗੈਰ ਹਾਜ਼ਰੀ ਦੇ ਵਿੱਚ ਵੀ, ਉਹਦੇ ਨਾਲ ਫਰਕ ਪੈ ਸਕਦਾ ਕੋਈ? ਲੱਗਦਾ ਨਹੀਂ ਪੈ ਸਕਦਾ, ਕਿਉਂਕਿ ਉੱਥੇ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਆ ਜਿਹੜਾ ਵੀ ਆਨੈਸਟ ਆ ਜਾਂ ਉਹ ਕਿਸੇ ਵੱਲ ਦੀ ਗੱਲ ਕਰਦਾ, ਜਿਸ ਤਰ੍ਹਾਂ ਮਨੀ ਦਿਸਦੀ ਆ, ਮਨੀ ਮਨੀ ਮਨੀ। ਬਿਲਕੁਲ ਜੀ, ਮਨੀ 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 ਦਿਸਦੀ ਆ, ਪਰ ਇੱਦਾਂ ਨਾ ਕਹੋ ਵੀ ਉੱਥੇ ਕੋਈ ਵੀ ਆਨੈਸਟ ਨਹੀਂ ਹੈਗਾ, ਥੋੜ੍ਹੇ ਬਹੁਤ ਸੱਜਣ ਹਾਲੇ ਵੀ ਇੱਥੇ ਆਨੈਸਟ ਹੈਗੇ ਆ, ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹ ਜਿਹੜੀ ਆਨੈਸਟੀ ਵੀ ਵਿਦ ਇਨ ਕੋਰਟਸ ਬਿਮਾਰੀ ਜਿਹੜੀ ਆ ਇਹ ਹੋਰ ਵੱਧ ਸਕੇ। ਬਹੁਤ ਬਹੁਤ ਮਿਹਰਬਾਨੀ। ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਇਹ ਮਸਲਾ ਵੀ NRIs ਕਿੰਨੇ ਕੁ ਸੁਰੱਖਿਅਤ ਆ ਔਰ ਉਹਨਾਂ ਦੀ ਸੁਰੱਖਿਆ ਵਾਸਤੇ ਹੋਰ ਪੰਜਾਬ 'ਚ ਕੀ ਕਰਨ ਦੀ ਲੋੜ ਆ, ਇਹ ਮਸਲਾ ਆਪਾਂ ਵਿਚਾਰਦੇ ਰਹਾਂਗੇ, ਪਰ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ NRI ਦੀ ਸੁਰੱਖਿਆ ਦੇ ਮਸਲੇ ਦੀ, ਵੀ NRIs ਪੰਜਾਬ ਦੇ ਵਿੱਚ ਕਿੰਨੇ ਕੁ ਆਪਣੇ ਆਪ ਨੂੰ ਸੇਫ ਫੀਲ ਕਰਦੇ ਆ। ਬਹੁਤ ਸਾਰੇ ਸੱਜਣਾਂ ਨੇ ਸਾਡੇ ਨਾਲ ਆਪਣੇ ਜਿਹੜੇ ਪਰਸਨਲ ਐਕਸਪੀਰੀਅੰਸਿਸ ਆ ਜੋ ਉਹਨਾਂ ਨਾਲ ਇੱਥੇ ਬੀਤਿਆ ਵਾ ਉਹਨਾਂ ਨੇ ਸ਼ੇਅਰ ਕੀਤਾ ਵਾ। ਹੋਰ ਵੀ ਸੱਜਣ ਸਾਡੇ ਨਾਲ ਨੇ, ਦੇਖਦੇ ਨੇ ਉਹਨਾਂ ਦਾ ਕੀ ਨਜ਼ਰੀਆ ਵਾ, ਉਹ ਕੀ ਸਾਡੇ ਨਾਲ ਸਾਨੂੰ ਕੀ ਦੱਸਣਾ ਚਾਹੁੰਦੇ ਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ, ਹਰਪ੍ਰੀਤ ਸਿੰਘ ਬੋਲ ਰਿਹਾ। ਹਾਂਜੀ ਹਰਪ੍ਰੀਤ ਜੀ। ਹਾਂਜੀ, ਮੈਂ ਇੱਥੇ ਵਿਚਾਰ ਇਹ ਰੱਖਣਾ ਚਾਹੂੰਗਾ ਕਿ ਆਪਾਂ ਇਸ ਤਰ੍ਹਾਂ ਡਿਸਕ੍ਰਿਮੀਨੇਟ ਕਰਕੇ NRIs ਨੋਨ NRI ਸਿਸਟਮ ਦੇ ਵਿੱਚ, ਇਹ ਮਤਲਬ ਪ੍ਰੋਪਰ ਨਹੀਂ ਹੋਊਗਾ ਜੀ। ਜੇ ਆਪਾਂ ਰੀਅਲੀ ਸੋਲਵ ਕਰਨਾ ਹੈਗਾ ਆਪਣੇ ਨੂੰ ਜਿਹੜੇ ਬੇਸਿਕ ਪ੍ਰੋਬਲਮਸ ਹੈਗੀਆਂ ਸਿਸਟਮ ਦੀਆਂ, ਕੁਛ ਪ੍ਰੋਬਲਮ ਤੇ ਸਟਰਕਚਰਲ ਹੈਗੀਆਂ ਵਾ ਤੇ ਕੁਛ ਪ੍ਰੋਬਲਮ ਤੇ ਚਲੋ ਬਾਈ ਨੇਚਰ ਬਾਈ ਕ੍ਰਿਮੀਨਲ ਐਕਟੀਵਿਟੀਜ਼ ਜੋ ਕਰਦੇ ਆ ਬਿਊਰੋਕਰੈਟਿਕ ਆਫਿਸਰਸ, ਇਹ ਪ੍ਰੋਬਲਮ ਇੱਕ ਵੇ ਥਰੂ ਮੇ ਬੀ ਸੋਲਵ ਹੋ ਸਕਦੀ ਓਵਰ ਲੋਂਗ ਟਾਈਮ ਆਫ ਪੀਰੀਅਡ ਜੀ। ਜੇ ਤੁਸੀਂ ਡੀਸੈਂਟਰਲਾਈਜ਼ ਕਰ ਦਿਓ ਸਿਸਟਮ ਨੂੰ ਤੇ ਜਿਹੜੇ ਤੁਹਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈਗੇ ਆ ਉਹਨਾਂ ਵੱਲ ਇਹ ਆਫਿਸਰਸ ਅਕਾਊਂਟੇਬਲ ਹੋਣ, ਨਾ ਕਿ ਤੁਹਾਡੇ ਸਟੇਟ ਐਡਮਿਨਿਸਟ੍ਰੇਸ਼ਨ ਵੱਲ ਅਕਾਊਂਟੇਬਲ ਹੋਣ ਜੀ, ਕਿਉਂਕਿ ਇਹ ਆਫਿਸਰਸ ਫਿਰ ਸਟੇਟ ਦੇ ਲਾਜ਼ ਦੇ ਅੰਡਰ ਤੇ ਜਿਹੜਾ ਕੰਸਟੀਟਿਊਸ਼ਨ ਆ ਕੰਟਰੀ ਦੇ ਉਹਦੇ ਅੰਡਰ ਕੰਮ ਕਰਨ, ਨਾ ਕਿ ਇੱਕ ਸਟੇਟ ਗੌਰਮੈਂਟ ਕਿ ਜਿਹੜੀ ਇੰਨਾ ਸਾਰਾ ਕੁਛ ਮੈਨੇਜ ਨਹੀਂ ਕਰ ਸਕਦੀ। ਈਵਨ ਜੇ ਬਾਈ ਚਾਂਸ ਕੋਈ ਚੰਗਾ ਚੀਫ ਮਿਨਿਸਟਰ ਵੀ ਆ ਜਾਏ ਤੇ ਮਤਲਬ ਬਹੁਤ ਹੀ ਇਨਐਫੀਸ਼ੀਐਂਟ ਸਟਰਕਚਰ ਹੈਗਾ ਵਾ ਸਿਸਟਮ ਦਾ ਕਿ ਜਿਹੜਾ ਹੈਂਡਲ ਨਹੀਂ ਹੋ ਸਕਦਾ ਹੈਗਾ, ਤੇ ਜਿਹੜੇ ਮੋਰ ਐਂਡ ਮੋਰ ਪਾਵਰਸ ਦਿੱਤੀਆਂ ਜਾਣ, ਜਿਹੜੇ ਐਫੀਸ਼ੀਐਂਟ ਸੁਪਰਵਾਈਜ਼ਰਸ ਹੈਗੇ ਆ ਉਹਨਾਂ ਨੂੰ ਡੀਸੈਂਟਰਲਾਈਜੇਸ਼ਨ ਕਰਕੇ ਮੋਰ ਐਂਡ ਮੋਰ ਪਾਵਰਸ ਹੋ ਗਈਆਂ ਕਿ ਉਹ ਆਪਣੇ ਜਿਹੜੀ ਲੋਅਰ ਬਿਊਰੋਕਰੇਸੀ ਆ ਉਹਨੂੰ ਮੈਨੇਜ ਕਰ ਸਕਣ। ਬਿਲਕੁਲ ਹਰਪ੍ਰੀਤ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਇਨਫੈਕਟ NRIs ਬਾਰੇ ਗੱਲ ਆਪਾਂ ਇਸ ਕਰਕੇ ਕਰ ਰਹੇ ਹਾਂ, ਡਿਸਕ੍ਰਿਮੀਨੇਸ਼ਨ ਇਸ ਤਰ੍ਹਾਂ ਇਸ ਕਰਕੇ ਹੋਈ ਹੈ ਕਿਉਂਕਿ ਜਿਹੜੇ NRI ਇੱਥੇ ਆਉਂਦੇ ਆ ਉਹ ਨੋਰਮਲੀ ਬਹੁਤ ਸਾਰੇ ਜਿਹੜੇ ਉਹਨਾਂ ਦੇ ਇੱਥੇ ਰਿਸ਼ਤੇਦਾਰੀਆਂ ਹੁੰਦੇ ਨਹੀਂ ਗਏ ਜਾਂ ਰਿਸ਼ਤੇਦਾਰ ਵੀ ਉੱਥੇ ਬਾਹਰ ਸ਼ਿਫਟ ਕਰ ਗਏ ਆ ਜਾਂ ਇੱਥੇ ਰਿਸ਼ਤੇਦਾਰ ਜਿਹੜੇ ਆ ਉਹ ਉਹਨਾਂ ਨਾਲ ਕੋਆਪਰੇਟ ਨਹੀਂ ਕਰਦੇ। ਸੋ ਕਈ ਵਾਰ NRIs ਆਪਣੇ ਨੂੰ ਇਕੱਲਾ ਫੀਲ ਕਰਦੇ ਇੱਥੇ, ਔਰ ਜਿਹੜੇ ਇੱਥੋਂ ਦੇ ਲੋਕ ਆ ਦਿੱਕਤ ਆ ਉਹਨਾਂ ਨਾਲ ਵੀ ਆ, ਉਹਨਾਂ ਨਾਲ ਵੀ ਠੱਗੀ ਕਈ ਵਾਰ ਹੋ ਜਾਂਦੀ ਆ, ਪਰ ਉਹ ਫਿਰ ਵੀ ਕਿਉਂਕਿ ਇੱਥੇ ਰਹਿ ਰਹੇ ਹੁੰਦੇ ਆ ਉਹਨਾਂ ਨੂੰ ਵਾਪਸ ਜਾਣ ਦੀ ਛੇਤੀ ਨਹੀਂ ਹੁੰਦੀ। ਸੋ ਇਸ ਕਰਕੇ ਉਹ ਆਪਣਾ ਮਸਲਾ ਜਿਹੜਾ ਵਾ ਹੌਲੀ ਹੌਲੀ ਕੁਝ ਮਹੀਨਿਆਂ 'ਚ ਕੁਝ ਸਾਲਾਂ ਦੇ ਵਿੱਚ ਵੀ ਰਿਜ਼ੋਲਵ ਕਰ ਲੈਂਦੇ ਆ। ਜਿਹੜੀ ਤੁਸੀਂ ਗੱਲ ਕੀਤੀ ਆ, ਵੈਸੇ ਤਾਂ ਮੈਂ ਜਿਵੇਂ ਗੱਲ ਕਰ ਰਿਹਾ ਕਿ ਡਿਸਕ੍ਰਿਮੀਨੇਸ਼ਨ ਬਿਲਕੁਲ ਨਹੀਂ ਹੋਣੀ ਚਾਹੀਦੀ। ਇਨਫੈਕਟ ਮੈਂ ਤਾਂ ਇੱਥੇ ਤੱਕ ਕਹਿੰਦਾ ਵੀ NRIs ਵਾਸਤੇ ਜਿਹੜੇ ਵੱਖਰੇ ਵੱਖਰੇ ਪੁਲਿਸ ਸਟੇਸ਼ਨ ਬਣਾਏ ਆ ਉਹਨਾਂ ਦੀ ਵੀ ਸ਼ਾਇਦ ਲੋੜ ਨਹੀਂ ਗੀ। ਜੇ ਸਾਡੇ ਸਿਸਟਮ ਦੇ ਵਿੱਚ ਹੀ ਬਿਹਤਰੀ ਹੋ ਜਾਏ, ਹਰ NRI ਜਾਂ ਕੋਈ ਹੋਰ ਜਾਵੇ ਜਦੋਂ ਉਹਦੀ ਨਾਲ ਕੋਈ ਦਿੱਕਤ ਹੋਵੇ ਤਾਂ ਉਹ ਜਾ ਕੇ ਆਪਣੀ ਸ਼ਿਕਾਇਤ ਕਰ ਦਿਓ, ਉਹਦੀ ਸੁਣਵਾਈ ਹੋਵੇ, ਤਾਂ ਮੇਰੇ ਖਿਆਲ NRIs ਵਾਸਤੇ ਵੱਖਰੇ ਪੁਲਿਸ ਸਟੇਸ਼ਨ ਵੀ ਨਹੀਂ ਹੋਣੇ ਚਾਹੀਦੇ। ਪਰ ਕੀ ਕਰੀਏ, ਕਿਉਂਕਿ NRIs ਨੇ ਵਾਪਸ ਜਲਦੀ ਜਾਣਾ ਹੁੰਦਾ, ਸੋ ਕੋਸ਼ਿਸ਼ ਸਰਕਾਰਾਂ ਕਰ ਰਹੀਆਂ ਵਾਂ ਕਿ ਉਹਨਾਂ ਦੇ ਮਸਲੇ ਜਿਹੜੇ ਆ ਹੱਲ ਹੋ ਜਾਣ, ਉਹਨਾਂ ਦੇ ਵਾਪਸ ਜਾਣ ਤੱਕ। ਵੈਸੇ ਹੋ ਨਹੀਂ ਰਿਹਾ। ਡੀਸੈਂਟਰਲਾਈਜੇਸ਼ਨ ਆਈਡੀਅਲੀ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਵਾ ਵੀ ਲੋਕਲ ਜ਼ਿਲ੍ਹੇ ਲੈਵਲ 'ਤੇ, ਬਲਾਕ ਲੈਵਲ 'ਤੇ, ਪਿੰਡ ਲੈਵਲ 'ਤੇ ਮਸਲੇ ਜਿਹੜੇ ਆ ਉਹ ਹੱਲ ਹੋ ਸਕਣ, ਔਰ ਸਟੇਟ ਲੈਵਲ 'ਤੇ ਸਿਰਫ ਉੱਤੋਂ ਸੁਪਰਵਿਜ਼ਨ ਹੋਣੀ ਚਾਹੀਦੀ ਆ ਵੀ ਇਹ ਥੱਲੇ ਸਿਸਟਮ ਜਿਹੜਾ ਵਾ ਅਸੀਂ ਡੀਸੈਂਟਰਲਾਈਜ਼ ਕੀਤਾ ਉਹ ਸਹੀ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਅਦਰਵਾਈਜ਼ ਉੱਤੋਂ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ। ਬੜੀ ਅਫਸੋਸ ਦੀ ਗੱਲ ਆ ਕਿ ਥੱਲੇ ਹੇਠਲੇ ਲੈਵਲ 'ਤੇ ਕੋਈ ਮਸਲਾ ਹੱਲ ਨਹੀਂ ਹੁੰਦਾ, ਔਰ ਲੋਕ ਜਿਹੜੇ ਆ ਹਰ ਬੰਦਾ ਜਿਹੜਾ ਵਾ ਉਹ ਮਿਨਿਸਟਰ ਤੱਕ ਜਾਂ ਚੀਫ ਮਿਨਿਸਟਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ। ਉਹਦਾ ਰੀਜ਼ਨ ਰਿਜ਼ਲਟ ਇਹ ਹੁੰਦਾ ਵਾ ਵੀ ਨਾ ਉੱਤੇ ਹੀ ਕੋਈ ਮਸਲਾ ਹੱਲ ਹੁੰਦਾ ਵਾ, ਇੱਕ ਤਾਂ ਉੱਤੇ ਟਾਈਮ ਬੜਾ ਵੇਸਟ ਹੁੰਦਾ ਵਾ, ਔਰ ਥੱਲੇ ਜਿਹੜਾ ਵਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਬਿਲਕੁਲ ਹੈਲਪਲੈਸ ਜੀ ਹੋਈ ਆ, ਉੱਤੋਂ ਹਦਾਇਤਾਂ ਦੀ ਵੇਟ ਕਰਦੀ ਰਹਿੰਦੀ ਆ, ਔਰ ਆਪ ਕੋਈ ਫੈਸਲੇ ਜਿਹੜੇ ਆ ਉਹ ਲੈ ਨਹੀਂ ਸਕਦੇ। ਹਰਪ੍ਰੀਤ ਜੀ, ਐਜ਼ ਯੂਜੁਅਲ ਬਹੁਤ ਚੰਗੇ ਤੁਸੀਂ ਵਿਚਾਰ ਦੱਸੇ ਆ, ਵਿਚਾਰ ਦਿੱਤੇ ਆ, ਔਰ ਬੜੇ ਚੰਗੇ ਤਰੀਕੇ ਨਾਲ ਤੁਸੀਂ ਐਨਾਲਾਈਜ਼ ਕੀਤਾ ਇਸ ਮਸਲੇ ਨੂੰ। ਬਹੁਤ ਬਹੁਤ ਧੰਨਵਾਦ, ਅਸੀਂ ਵੇਟ ਕਰਾਂਗੇ, ਇੱਦਾਂ ਹੀ ਤੁਸੀਂ ਕਾਲ ਕਰਦੇ ਰਹੋ। ਇੱਕ ਹੋਰ ਦੇਖਦੇ ਹਾਂ, ਸ਼ਰੋਤੇ ਸਾਡੇ ਨਾਲ ਜੇ ਜੁੜੇ ਆ ਉਹਨਾਂ ਦਾ ਕੀ ਪ੍ਰਸਤਾਵ ਹੈ ਜਾਂ ਨਜ਼ਰੀਆ ਵਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਮੈਂ ਗੁਰਪ੍ਰੀਤ ਸਿੰਘ ਮਾਨ ਬੋਲਦਾ ਕੈਨੇਡਾ ਕੈਲਗਰੀ ਤੋਂ ਜੀ। ਹਾਂਜੀ ਹਾਂਜੀ, ਮਾਨ ਸਾਹਿਬ ਸਵਾਗਤ ਹੈ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਮੇਰਾ ਇੱਕ ਹੋਰ ਕੁਐਸਚਨ ਸੀਗਾ ਜੀ, ਆਪਾਂ ਇਸ ਚੀਜ਼ ਨੂੰ ਤਾਂ ਆਪਾਂ ਮੰਨਦੇ ਹਾਂ ਕਿ ਪੰਜਾਬ ਦੇ ਵਿੱਚ ਜਦੋਂ ਕੋਈ ਬੰਦਾ ਫੋਰਨਰ ਜਾਂਦਾ ਉਹਦੇ ਨਾ ਕਿਤੇ ਪਾਸੇ ਧੱਕਾ ਤਾਂ ਹੁੰਦਾ ਆ ਜੀ, ਕਿਉਂਕਿ ਚਲੋ ਭਾਵੇਂ ਪੈਸੇ ਦੇ ਲਾਲਚ ਲੋਕੀ ਕਰਦੇ ਆ, ਚਾਹੇ ਉਹਨਾਂ ਦੇ ਇੱਤੇ ਵਾਲੀ ਵਾਕਵੀਤ ਨਹੀਂ ਹੋਈ ਤਾਂ ਕਰਕੇ ਹੁੰਦੇ ਆ, ਜਦਨ ਮੈਲ ਕਿੱਦਾਂ ਵੀ ਆ ਜੀ। ਪੰਜਾਬ ਕਈਆਂ ਬੰਦਿਆਂ ਦੇ ਕੋਲ ਆਪਣੇ ਵੈਪਨ ਲਾਇਸੈਂਸ ਸੀਗੇ ਜੀ ਪੁਰਾਣੇ ਇੱਥੇ ਜੀ, ਜੋ ਹੁਣ ਦੇਖਣ ਨੂੰ ਆਇਆ ਤੁਹਾਡੇ ਕੋਲ ਵੀ ਸ਼ਾਇਦ ਪਹਿਲਾਂ ਆਇਆ ਹੋਊਗਾ, ਪਰ ਮੇਰੇ ਕੋਲ ਵੀ ਇਹ ਗੱਲਾਂ ਆਈਆਂ ਜੀ ਜੀ। ਪੰਜਾਬ ਸਰਕਾਰ ਇਹ ਤਾਂ ਮੰਨਦੀ ਆ ਕਿ ਇੱਥੇ ਉਹਨਾਂ ਬੰਦਿਆਂ ਨੂੰ ਫੋਰਨਰ ਬੰਦਿਆਂ ਨੂੰ ਪ੍ਰੋਟੈਕਸ਼ਨ ਚਾਹੀਦੀ ਆ ਜੀ, ਇਹ ਨਹੀਂ ਅਸੀਂ ਕਹਿੰਦੇ ਕਿ ਪੰਜਾਬ ਸਰਕਾਰ ਪ੍ਰੋਟੈਕਸ਼ਨ ਦੇਵਾ, ਜਿਹੜੇ ਉਹਨਾਂ ਦੇ ਆਪਣੇ ਵੈਪਨ ਦੇ ਲਾਇਸੈਂਸ ਬਣੇ ਆ ਜੀ, ਪੰਜਾਬ ਸਰਕਾਰ ਤੇ ਉਹ ਵੀ ਕੈਂਸਲ ਕਰ ਜਾ ਰਹੀ ਆ। ਉਹ ਮਾਨ ਸਾਹਿਬ ਕੈਂਸਲ ਨਹੀਂ, ਉਹ ਕੈਂਸਲ ਕਈ ਵਜ੍ਹਾ ਕਰਕੇ ਹੋ ਜਾਂਦੇ ਆ। ਹੁੰਦਾ ਕੀ ਆ ਕਿ ਜਦੋਂ ਇੱਥੇ ਇੱਕ ਨਵਾਂ ਸਿਸਟਮ ਬਣਿਆ ਵਾ, ਵੀ ਜਦੋਂ ਇੱਥੇ ਚੋਣਾਂ ਹੁੰਦੀਆਂ ਵਾ
ਸਾਰੇ ਵੈਪਨਸ ਜਿਹੜੇ ਆ ਉਹ ਪੁਲਿਸ ਸਟੇਸ਼ਨ ਡਿਪੋਜ਼ਿਟ ਕਰਨੇ ਪੈਂਦੇ ਆ। ਔਰ ਕਿਉਂਕਿ ਇੱਥੇ ਐਨ ਆਰ ਆਈਜ਼ ਹੁੰਦੇ ਨਹੀਂ ਗੇ, ਘਰਾਂ ਦੇ ਵਿੱਚ ਉਹ ਵੈਪਨ ਆਪਣੇ ਲੌਕ ਕਰਕੇ ਗਏ ਆ, ਜਾਂ ਕਿਤੇ ਹੋ ਸਕਦਾ ਵਾ ਉਹਨਾਂ ਨੇ ਕਿਤੇ ਨਾ ਕਿਤੇ ਕਿਸੇ ਰਿਸ਼ਤੇਦਾਰ ਕੋਲ ਉਹਨਾਂ ਨੂੰ ਅਥਾਰਿਟੀ ਦੇ ਕੇ ਰੱਖੇ ਹੋਣ। ਜਦੋਂ ਉਹ ਵੈਪਨ ਡਿਪੋਜ਼ਿਟ ਨਹੀਂ ਕਰਦੇ ਤਾਂ ਫਿਰ ਪੁਲਿਸ ਆਉਂਦੀ ਆ ਵੀ ਸ਼ਾਇਦ ਇਹਨਾਂ ਦੇ ਵੈਪਨ ਕੈਂਸਲ ਹੀ ਕਰਤੇ ਜਾਣ। ਇੱਕ ਤਾਂ ਇਹ ਵਜ੍ਹਾ ਕਈ ਵਾਰ ਬਣ ਜਾਂਦੀ ਹੈ, ਦੂਸਰੀ ਵਜ੍ਹਾ ਬਣ ਜਾਂਦੀ ਆ ਵੀ ਕਈ ਵਾਰ ਐਨ ਆਰ ਆਈ ਦੋ ਦੋ ਤਿੰਨ ਤਿੰਨ ਸਾਲ ਇੱਥੇ ਆਉਂਦੇ ਨਹੀਂ ਗੇ, ਔਰ ਉਹਨਾਂ ਦੇ ਜਿਹੜੇ ਲਾਇਸੈਂਸ ਆ ਉਹ ਐਕਸਪਾਇਰ ਵੀ ਹੋ ਜਾਂਦੇ ਆ। ਸੋ ਮੇਰੇ ਖਿਆਲ ਇਹੋ ਜਿਹੇ ਕਈ ਕਾਰਨ ਆ ਵੀ ਇਹ ਲਾਇਸੈਂਸ ਕਿਉਂ ਕੈਂਸਲ ਹੋ ਰਹੇ ਆ। ਮੇਰਾ ਖਿਆਲ ਆ ਕਿ ਇੰਡੀਵਿਜੁਅਲ ਲਾਇਸੈਂਸ ਜੇ ਦੋ ਦੋ ਤਿੰਨ ਤਿੰਨ ਸਾਲ ਜੇ ਵੈਪਨ ਨਾ ਚੱਲਣ ਤਾਂ ਇੰਡੀਵਿਜੁਅਲ ਲਾਇਸੈਂਸ ਵੈਪਨ ਹੋਵੇ ਵੀ ਕਿਸੇ ਕੋਲ ਤਾਂ ਉਹਦਾ ਵੀ ਕੋਈ ਬਹੁਤਾ ਫਾਇਦਾ ਨਹੀਂ, ਕਈ ਵਾਰ ਹਥਿਆਰ ਜਿਹੜੇ ਆ ਉਹ ਜਾਮ ਹੋ ਜਾਂਦੇ, ਚੱਲਦੇ ਵੀ ਨਹੀਂ ਬਾਅਦ ਦੇ ਵਿੱਚ। ਹਾਂਜੀ ਮਾਨ ਸਾਹਿਬ। ਭਾਅ ਜੀ ਹਥਿਆਰ ਖੇਤੀ ਚਲਾਏ ਨੇ ਜਾਂਦੇ, ਹਥਿਆਰ ਤਾਂ ਲੋਕਾਂ ਕੋਲ ਇੰਡੀਆ ਦੇ ਵਿੱਚ ਇੰਨੇ ਜਾਂ 20-20 ਸਾਲ ਦੇ ਉਦਾਂ ਹੀ ਪਏ ਆ, ਕਈ ਚੱਲੇ ਨਹੀਂ ਜੀ। ਪਰ ਜਿਹੜਾ ਬੰਦਾ ਆਪਣਾ ਲਾਇਸੈਂਸ, ਇੱਕ ਆਪਣਾ ਰੂਲ ਆ ਕਿ ਚਾਹੇ ਕਿਸੇ ਅਸਲਾ ਗਨ ਦੇ ਕੋਲ, ਅਸਲਾ ਡੀਲਰ ਦੇ ਕੋਲ ਉਹਨੂੰ ਜਮ੍ਹਾਂ ਕਰਾਇਆ ਜਾ ਸਕਦਾ ਆ, ਚਾਹੇ ਤੁਹਾਡੇ ਆਪਣੇ ਬੈਂਕ ਲੋਕਰ ਵਿੱਚ ਜਮ੍ਹਾਂ ਰੱਖਿਆ ਹੋ ਸਕਦਾ ਆ ਜੀ, ਲੋਕਰ 'ਚ ਵੀ ਹੋ ਸਕਦਾ, ਡੀਲਰ ਕੋਲ ਵੀ ਹੋ ਸਕਦਾ ਵਾ। ਇਨਫੈਕਟ ਲੋਕਰ ਦਾ ਤਾਂ ਸ਼ਾਇਦ ਸਿਸਟਮ ਨਹੀਂ, ਮੇਰੇ ਖਿਆਲ ਵਾਜਬ ਨਹੀਂ ਗਾ, ਕਿਉਂਕਿ ਮੈਂ ਜਿਵੇਂ ਦੱਸਿਆ ਨਾ ਵੀ ਕਈ ਵਾਰ ਜਦੋਂ ਇਲੈਕਸ਼ਨਸ ਵਗੈਰਾ ਆਉਂਦੀਆਂ ਤਾਂ ਵੈਪਨ ਡਿਪੋਜ਼ਿਟ ਕਰਨੇ ਪੈਂਦੇ, ਜਾਂ ਤੁਸੀਂ ਪੁਲਿਸ ਸਟੇਸ਼ਨ ਦੇ ਵਿੱਚ ਡਿਪੋਜ਼ਿਟ ਕਰੋ ਅਤੇ ਜਾਂ ਕਿਸੇ ਗਨ ਡੀਲਰ ਕੋਲ, ਕਿਉਂਕਿ ਉਹ ਰਸੀਦ ਦਿਖਾਉਣੀ ਪੈਂਦੀ ਆ। ਜੇ ਤੁਸੀਂ ਆਪਣੇ ਲੋਕਰ ਦੇ ਵਿੱਚ ਰੱਖੋਗੇ ਤਾਂ ਮੇਰੇ ਖਿਆਲ ਤੁਸੀਂ ਰਸੀਦ ਨਹੀਂ ਦਿਖਾ ਸਕੋਗੇ। ਸੋ ਇਸ ਕਰਕੇ ਇਹ ਵੈਸੇ ਬੜਾ ਵੱਡਾ ਮਸਲਾ ਵਾ ਕਿ ਐਨ ਆਰ ਆਈਜ਼ ਜਿਹੜੇ ਆ, ਜਿਹੜੇ ਇੱਥੇ ਨਹੀਂ ਰਹਿੰਦੇ ਉਹਨਾਂ ਕੋਲ ਵੈਪਨ ਹੋਣੇ ਚਾਹੀਦੇ ਕਿ ਨਹੀਂ ਹੋਣੇ ਚਾਹੀਦੇ, ਬਹੁਤ ਸਾਰੇ ਪਿੱਛੋਂ ਚੋਰੀ ਵੀ ਹੋ ਸਕਦੇ ਆ। ਸੋ ਮੇਰੇ ਖਿਆਲ ਜੇ ਤੁਸੀਂ ਲਗਾਤਾਰ ਇੰਡੀਆ 'ਚ ਨਹੀਂ ਆ ਰਹੇ ਤਾਂ ਮੇਰੇ ਖਿਆਲ ਵੈਪਨ, ਲਾਇਸੈਂਸ ਵੈਪਨ ਰੱਖਣਾ ਵੀ ਕੋਈ ਬਈ ਸਹੀ ਗੱਲ ਨਹੀਂ ਹੈ। ਮਾਨ ਸਾਹਿਬ ਬਹੁਤ ਬਹੁਤ ਧੰਨਵਾਦ, ਅਸੀਂ ਦੂਸਰੇ ਕਾਲਰ ਕੋਲ ਜਾਂਦੇ ਹਾਂ, ਦੇਖਦੇ ਹਾਂ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਕੁਲਵੰਤ ਸਿੰਘ ਮੈਰੀਲੈਂਡ। ਹਾਂਜੀ ਕੁਲਵੰਤ ਜੀ। ਹਾਂਜੀ, ਮਸਲਾ ਐਨ ਆਰ ਆਈ ਦਾ ਆਇਆ, ਇਹਨਾਂ ਦੀਆਂ ਜਾਇਦਾਦਾਂ, ਇਹਨਾਂ ਦੀ ਸੁਰੱਖਿਆ ਬਾਰੇ ਜੀ। ਇਹਦੇ ਵਿੱਚ ਇਹ ਗੱਲ ਆ ਜੀ, ਮੈਂ ਤਾਂ ਤੁਹਾਨੂੰ ਹੱਡ ਬੀਤੀ ਦੱਸਾਂਗਾ ਵੀ ਪਿਛਲੇ ਸਾਲ ਸਤੰਬਰ ਅਕਤੂਬਰ 'ਚ ਮੈਂ ਇੰਡੀਆ ਗਿਆ ਜੀ। ਸਾਡਾ ਉੱਥੇ ਪਿੰਡ ਦੀ ਫਿਰਨੀ ਦਾ ਚੱਲਦਾ, ਜਦੋਂ ਕਿ ਉਹ ਬਣੀ ਵੀ ਮੇਰੇ ਸਰਪੰਚ ਟਾਈਮ ਤੇ ਹੀ ਸਾਲ 1978 ਦੀ ਜੀ, ਪਰ ਉਹ ਜਦੋਂ ਦੁਬਾਰਾ ਆਰ ਸੀ ਸੀ ਲੱਗੇ ਬਣਾਉਣ ਐਰਕਾਂ ਦੂਸਰੀ ਨਵੀਂ ਤੇ ਸਰਪੰਚ, ਤੇ ਅਸਾਂ ਕਿਹਾ ਵੀ ਨਿਸ਼ਾਨਦੇਹੀ ਕਰ ਲਈਏ, ਸਾਨੂੰ ਸ਼ੱਕ ਵੀ ਸਾਡੀ ਪੈਲੀ ਜਿਹੜੀ ਆ ਪਿੰਡ ਵੱਲ ਨੂੰ ਵੱਧਦੀ ਆ, ਤੇ ਪਿੰਡ ਜਿਨ੍ਹਾਂ ਦੇ ਘਰ ਸਨ ਵਿੱਚ ਬਣੇ ਉਹ ਆਉਂਦੇ ਵੀ ਪੈਲੀ ਵੱਲ ਨੂੰ ਵੱਧਦੀ ਆ। ਮਸਲਾ ਥਾਣੇ 'ਚ ਲਿਆ ਗਿਆ ਜੀ। ਗੱਲ ਮੈਂ ਕੀਤੀ ਜੀ ਵੀ ਇਹਦੀ ਨਿਸ਼ਾਨਦੇਹੀ ਕਰਾ ਲਈਏ, ਜੇ ਤੁਹਾਡੀਆਂ ਕੰਧਾਂ ਫਿਰਨੀ ਦੇ ਵਿੱਚ ਵੀ ਬਣੀਆਂ ਹੋਣਗੀਆਂ ਅਸੀਂ ਕੋਈ ਤੁਹਾਨੂੰ ਫਿਰ ਵੀ ਦੋ ਤਿੰਨ ਫੋਟੋ ਹੋਰ ਦੇ ਦਿਆਂਗੇ ਪੈਲੀ ਜੀ, ਪਰ ਨਿਸ਼ਾਨਦੇਹੀ ਕਰਾ ਲਈਏ ਤਾਂ ਕਿ ਪੱਕੀ ਸਦਾ ਦੀ ਬਣ ਜਾਏ ਸੜਕ। ਜਦੋਂ ਉੱਥੇ ਸਿਆਸੀ ਧਿਰ ਦਾ ਜ਼ੋਰ ਪੈ ਗਿਆ ਤੇ ਸਾਨੂੰ ਡੀ ਐਸ ਪੀ ਆਂਦਾ ਵੀ ਤੁਸੀਂ ਅੱਗੇ ਬਣਾਈਆਂ ਉੱਥੇ ਬਣਨ ਦਿਓ, ਮੈਂ ਕਿਹਾ ਜੀ ਨਹੀਂ ਉੱਥੇ ਨਹੀਂ ਬਣਨੀ, ਤੇ ਇਸ ਲਈ ਉਹਨੇ ਠੋਕ ਕੇ ਜਵਾਬ ਦੇ ਦਿੱਤਾ। ਮੈਂ ਦੱਸਿਆ ਮੈਂ ਐਨ ਆਰ ਆਈ ਹਾਂ, ਉਹ ਆਂਦਾ ਵੀ ਇੱਥੇ ਐਨ ਆਰ ਆਈ ਹਰ ਪਿੰਡ 'ਚ ਦੋ ਦੋ ਚਾਰ ਚਾਰ ਤੋਏ ਫਿਰਦੇ ਨੇ, ਐਸੀ ਕੋਈ ਗੱਲ ਨਹੀਂ ਕਿ ਜਿਹੜੀ ਤੁਸੀਂ ਕਹਿ ਰਹੇ ਹੋ। ਅਖੀਰ ਮੈਂ ਵੇਖਿਆ ਵੀ ਇੱਥੇ ਸਾਡੀ ਦਾਲ ਨਹੀਂ ਕਰਨੀ, ਮੈਂ ਚੰਡੀਗੜ੍ਹ ਹੈਲਪਲਾਈਨ ਵਾਲਿਆਂ ਨੂੰ ਐਨ ਆਰ ਆਈ ਹੈਲਪਲਾਈਨ ਉੱਥੇ ਫਾਇਦਾ ਹੋਇਆ ਕੋਈ ਕੀਤੀ। ਹੈਲੋ, ਉੱਥੇ ਫਾਇਦਾ ਹੋਇਆ ਕੋਈ ਐਨ ਆਰ ਆਈ ਹੈਲਪਲਾਈਨ ਦੇ ਵਿੱਚ? ਹਾਂ ਹਾਂ ਬਿਲਕੁਲ, ਉਹਨਾਂ ਨੇ ਐਨ ਆਰ ਆਈ ਡੀ ਐਸ ਪੀ ਨੂੰ ਅੰਮ੍ਰਿਤਸਰ ਕਾਲ ਕੀਤੀ ਵੀ ਆਹ ਮਸਲਾ ਬੜਾ ਵਿਗੜਿਆ, ਇਹਨੂੰ ਸੁਲਝਾਓ, ਕਿਉਂਕਿ ਡੇਰੇ ਦਾ ਡੀ ਐਸ ਪੀ ਜਿਹੜਾ ਉਹ ਸ਼ਹਿਰਿਆਂ ਦੂਜੀ ਧਿਰ ਦੀ ਮਦਦ ਕਰਦਾ, ਇਸੇ ਲਈ ਉਹ ਆਣ ਕੇ ਉਹਨਾਂ ਸਾਨੂੰ ਦੂ ਧਿਰਾਂ ਨੂੰ ਸੱਦਿਆ ਔਰ ਦੂਜੀ ਧਿਰ ਕੋਲ ਲਿਖਤੀ ਲਿਆ ਭਾਈ ਇਹ ਲਿਖ ਕੇ। ਇਹਦਾ ਮਤਲਬ ਇਹ ਆ ਵੀ ਐਨ ਆਰ ਆਈ ਸੈੱਲ, ਜਿਹੜੇ ਐਨ ਆਰ ਆਈ ਪੁਲਿਸ ਸਟੇਸ਼ਨ ਔਰ ਐਨ ਆਰ ਆਈ ਵਾਸਤੇ ਜਿਹੜੇ ਪੁਲਿਸ ਅਫਸਰ ਲਾਏ ਗਏ ਆ ਉਹਨਾਂ ਦਾ ਫਾਇਦਾ ਹੋ ਰਿਹਾ ਵਾ? ਕੁਝ ਹੋ ਰਿਹਾ, ਕੁਝ ਹੋ ਰਿਹਾ, ਜੇ ਜ਼ਿਆਦਾ ਹੀ ਡਿੱਕਾ ਰਹਾ ਅੱਗੋਂ ਸਿਆਸੀ ਧਿਰ ਕੋ ਤਗੜੀ ਹੋ ਗਏ ਡਾਰੇ, ਨਹੀਂ ਤੇ ਤੁਸੀਂ ਪਿਛਲੇ ਸਮੇਂ ਵਿੱਚ ਵੇਖੋ ਭਾਈ ਕੈਨੇਡਾ ਦਾ ਐਮ ਐਲ ਏ ਪੀਟਰ ਸੰਧੂ ਉੱਥੋਂ ਵਿਚਾਰਾ ਰੋਂਦਾ ਮੋੜਾ ਆ, ਉਹਦੀ ਪ੍ਰਾਪਰਟੀ ਇੱਕ ਵੱਡੇ ਅਫਸਰ ਚੰਡੀਗੜ੍ਹ ਲੱਗੇ ਨੇ ਉਹਦੀ ਤੇ ਕਬਜ਼ਾ ਕਰਵਾ ਦਿੱਤਾ ਸ਼ਹਿਰ ਦੇ ਵਿੱਚ, ਤੇ ਉਹ ਵਿਚਾਰਾ ਬਾਦਲ ਤੱਕ ਪਹੁੰਚ ਕਰ ਗਿਆ, ਉੱਥੇ ਉਹਨੂੰ ਹੇਠਲੇ ਦਰਜੇ ਦਾ। ਮਾਫ ਕਰਨਾ ਕੁਲਾ ਜੀ, ਮੈਂ ਤੁਹਾਨੂੰ ਵਿੱਚ ਕੱਟ ਰਿਹਾ ਕਿਉਂਕਿ ਸਮਾਂ ਬਹੁਤ ਥੋੜਾ ਵਾ। ਬਿਲਕੁਲ, ਇੱਥੇ ਬੜੀ ਬੜੀ ਬਹੁਤ ਵੱਡੀ ਦਿੱਕਤ ਹੈ ਔਰ ਜ਼ਿਆਦਾ ਜਾਇਦਾਦਾਂ ਨੂੰ ਲੈ ਕੇ ਇਹ ਦਿੱਕਤਾਂ ਆ ਰਹੀਆਂ ਵਾਂ। ਮੈਂ ਇੱਥੇ ਇਹ ਵੀ ਸ਼ਾਇਦ ਕਹਿਣਾ ਚਾਹੁੰਦਾ ਵਾਂ, ਇਹ ਬੜੀ ਚੰਗੀ ਗੱਲ ਤਾਂ ਨਹੀਂ ਕਿ ਮੈਂ ਜਿਹੜੀ ਗੱਲ ਕਰਨ ਲੱਗਾ ਵਾਂ, ਵੀ ਜੇ ਤੁਸੀਂ ਲਗਾਤਾਰ ਨਹੀਂ ਆ ਰਹੇ, ਜਿਹੜੇ ਤੁਹਾਡੇ ਪਰਿਵਾਰ ਦੇ ਮੈਂਬਰ ਸਾਰੇ ਬਾਹਰ ਚਲੇ ਗਏ ਆ, ਇੱਥੇ ਲੁੱਕ ਆਫਟਰ ਕਰਨ ਵਾਲਾ ਨਹੀਂ ਕੋਈ ਹੈ, ਤਾਂ ਮੇਰੇ ਖਿਆਲ ਜਾਇਦਾਦਾਂ ਜਿਹੜੀਆਂ ਰੱਖੀਆਂ ਵਾਂ ਉਹਨਾਂ ਦਾ ਰੱਖਣ ਦਾ ਫਾਇਦਾ ਕੋਈ ਨਹੀਂ ਗਾ। ਉਹਨਾਂ ਨੂੰ ਪ੍ਰੋਪਰਲੀ ਡਿਸਪੋਜ਼ ਆਫ ਕਰਕੇ ਪੈਸੇ ਆਪਣੇ ਨਾਲ ਲੈ ਜਾਓ, ਕਿਉਂਕਿ ਇੱਥੇ ਪਿੱਛੇ ਜੇ ਕੋਈ ਉਹਨਾਂ ਨੂੰ ਲੁੱਕ ਆਫਟਰ ਕਰਨ ਵਾਲਾ ਹੈ ਨਹੀਂ, ਤਾਂ ਜ਼ਿਆਦਾਤਾਂ ਵੀ ਸ਼ਾਇਦ ਸੁਰੱਖਿਅਤ ਨਹੀਂ ਹੋਣਗੀਆਂ, ਕਿਉਂਕਿ ਸਿਸਟਮ ਸਾਡੇ ਕੋਲ ਇੱਥੇ ਬਿਹਤਰ ਨਹੀਂ ਬਣਿਆ। ਇਸ ਚੀਜ਼ਾਂ ਜੇ ਵਾਪਸ ਆ ਕੇ ਤੁਸੀਂ ਰਹਿਣਾ ਹੋਵੇ ਤਾਂ ਵਾਪਸ ਵੀ ਜਾਇਦਾਦਾਂ ਖਰੀਦੀਆਂ ਜਾ ਸਕਦੀਆਂ। ਬਹੁਤ ਸਾਰੇ ਕੇਸਿਸ ਮੈਨੂੰ ਲੱਗ ਫੋਨ ਕਰਕੇ ਕਹਿੰਦੇ ਆ
ਵੀ ਸਾਡੇ ਜੀ ਆਪਦਾ ਕੁਛ ਕਰ ਸਕਦੇ ਜੇ। ਮੈਂ ਕਿਹਾ ਤੁਸੀਂ ਲਾਸਟ ਕਦੋਂ ਆਏ? ਕਹਿੰਦੇ ਜੀ 7 ਸਾਲ ਹੋ ਗਏ, 8 ਸਾਲ ਹੋ ਗਏ ਇਹੋ ਜਿਹੇ। ਮੈਂ ਕਿਹਾ ਬੱਚੇ ਆਉਂਦੇ? ਕਹਿੰਦੇ ਨਹੀਂ ਬੱਚੇ ਤਾਂ ਆਉਣਾ ਨਹੀਂ ਚਾਹੁੰਦੇ। ਸੋ ਅਤੇ ਤੁਹਾਡੇ ਤੋਂ ਆਪ 7-8 ਸਾਲ ਦੇ ਵਿੱਚ ਵਾਪਸ ਨਹੀਂ ਆਇਆ ਜਾਂਦਾ, ਬੱਚੇ ਆਉਣਾ ਨਹੀਂ ਚਾਹੁੰਦੇ ਅਤੇ ਫਿਰ ਇੱਥੇ ਜਾਇਦਾਦਾਂ ਜਿਹੜੀਆਂ ਉਹਨਾਂ ਨੂੰ ਲੌਕ ਕਰਕੇ ਜਾਂ ਕਿਸੇ ਨੂੰ ਦੇਖ ਕੇ ਰੱਖਣ ਦਾ ਮੇਰਾ ਖਿਆਲ ਕੋਈ ਬਹੁਤਾ ਫਾਇਦਾ ਨਹੀਂ ਹੈ। ਵੈਸੇ ਆਈਡਲੀ ਤਾਂ ਸਰਕਾਰਾਂ ਨੂੰ ਸਿਸਟਮ ਇਹੋ ਜਿਹਾ ਬਣਾਉਣਾ ਚਾਹੀਦਾ ਵਾ ਵੀ ਉਹਨਾਂ NRIs ਦੀ ਪ੍ਰੋਪਰਟੀ ਕੋਈ ਕਦੀ ਉਹਨੂੰ ਟੇਕ ਓਵਰ ਨਾ ਕਰ ਸਕੇ। ਮੈਂ ਹੁਣ ਬ੍ਰੇਕ ਦਾ ਸਮਾਂ ਹੋ ਗਿਆ ਵਾ, ਮੈਨੂੰ ਪਤਾ ਵਾ ਬਹੁਤ ਸਾਰੇ ਕਾਲਰ ਸਾਡੇ ਨਾਲ ਜੁੜੇ ਆ। ਬ੍ਰੇਕ ਜਾਣ ਤੋਂ ਪਹਿਲਾਂ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਮੈਨੂੰ NRIs ਔਰ ਹੋਰ ਲੋਕਾਂ ਦੀਆਂ ਬਹੁਤ ਸਾਰੀਆਂ ਈਮੇਲਸ ਆਈਆਂ ਵਾ ਵੱਖਰੇ ਵੱਖਰੇ ਮਸਲਿਆਂ 'ਤੇ। ਮੈਨੂੰ ਯਾਦ ਹੈ ਹਰਜਾਪ ਸਿੰਘ ਔਜਲਾ ਹੋਣ ਦੀ ਵੀ ਈਮੇਲ ਆਈ ਆ, ਇੱਕ ਸੁਰਿੰਦਰ ਸਿੰਘ ਹੋਣਾਂ ਦੀ ਵੀ ਈਮੇਲ ਆਈ ਆ ਵੱਖਰੇ ਵੱਖਰੇ ਮਸਲਿਆਂ 'ਤੇ। ਸਪੋਰਟਸ ਦੀ ਨੀਤੀ ਜਿਹੜੀ ਆਪਾਂ ਡਿਸਕਸ ਕੀਤੀ ਉਹਦੇ 'ਤੇ, ਜਿਹੜੀ ਆਪਾਂ ਫਿਲਮ ਬਾਰੇ ਗੱਲ ਗਦਾਰ ਬਾਰੇ ਗੱਲ ਕੀਤੀ ਉਹਦੇ 'ਤੇ ਵੀ ਈਮੇਲਸ ਆਈਆਂ ਵਾਂ। ਇਹ ਮੈਂ ਈਮੇਲਸ ਅਗਲੇ ਹਫ਼ਤੇ ਵੈਸੇ ਆਪਾਂ ਓਪਰੇਸ਼ਨ ਬਲੂ ਸਟਾਰ ਦੇ ਉੱਤੇ ਡਿਸਕਸ਼ਨ ਕਰਾਂਗੇ, ਲੇਕਿਨ ਇਸ ਮਸਲੇ 'ਤੇ ਵੀ ਜਿਹੜੇ NRIs ਔਰ ਹੋਰ ਲੋਕਾਂ ਦੀਆਂ ਈਮੇਲਸ ਆਈਆਂ ਵਾਂ ਉਹ ਵੀ ਮੈਂ ਕੋਸ਼ਿਸ਼ ਕਰੂੰਗਾ ਰੋਜ਼ ਇੱਕ ਅੱਧੀ ਈਮੇਲ ਮੈਂ ਜ਼ਰੂਰ ਟੇਕਅਪ ਕਰ ਸਕਾਂ। ਇਹ ਮਸਲਾ NRIs ਦੀ ਸੁਰੱਖਿਆ ਦਾ ਮਸਲਾ ਆਪਾਂ ਇਸੇ ਤਰ੍ਹਾਂ ਹੀ ਵਿਚਾਰਦੇ ਰਹਾਂਗੇ ਪਰ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ NRIs ਦੀ ਸੁਰੱਖਿਆ ਦੀ ਕਿ NRIs ਪੰਜਾਬ ਦੇ ਵਿੱਚ ਕਿੰਨੇ ਕੁ ਸੁਰੱਖਿਅਤ ਨੇ ਔਰ ਉਹਨਾਂ ਦੀ ਸੁਰੱਖਿਆ ਵਾਸਤੇ ਹੋਰ ਕੀ ਕਰਨ ਦੀ ਲੋੜ ਹੈ। ਕੁਝ ਸੱਜਣ ਸਾਡੇ ਨਾਲ ਜੁੜੇ ਆ ਔਰ ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ ਵਾ। ਹੈਲੋ, ਹੈਲੋ ਅੰਕਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ, ਬੇਟਾ ਕੀ ਕਹਿਣਾ ਚਾਹੁੰਦੇ ਜੀ ਤੁਸੀਂ? ਅੰਕਲ ਜੀ, ਮੈਂ ਇਹ ਗੱਲ ਕਹਿਣਾ ਚਾਹ ਰਹੀ ਸੀ ਕਿ ਅਸੀਂ NRIs ਦਾ ਮਸਲਾ ਕਹਿ ਰਹੇ ਸੀਗੇ, ਮੈਂ ਵੀ ਇੱਕ ਦੋ ਸੀਂਦੇ ਜਾਂਦੇ ਸੀ, ਸੁਣਿਆ ਸੀਗਾ ਕਿ ਰਾਤ ਨੂੰ ਜਾਂਦੇ ਜਾਂਦੇ ਗੰਡਿਆਂ ਵਿੱਚ ਥੀਵਸ ਆ ਕੇ ਲੁੱਟ ਲੈਂਦੇ ਆ, ਪਰ ਮੈਨੂੰ ਲੱਗਦਾ ਇੱਕ ਗੱਲ ਹੈਗੀ ਵੀ ਫਸਟ ਆਫ ਆਲ ਉਹ ਕਿਉਂ ਲੁੱਟਦੇ ਆ, ਕਿਉਂਕਿ ਉੱਥੇ ਇੰਨੀਆਂ ਜੋਬਸ ਨਹੀਂ ਹੈਗੀਆਂ ਅਤੇ ਕਿਹੜੇ ਜੋਬਸ ਹੈਗੀਆਂ ਦੇ ਆਰ ਨੋਟ ਕੁਆਲੀਫਾਈਡ ਇਨਫ ਫੋਰ ਦੈਮ ਵੀ ਕਿਹੜੇ ਹੈਗੀਆਂ। ਸੋ ਆਈ ਥਿੰਕ ਦੈਟ ਵੀ ਜਿੱਥੇ ਜ਼ਿਆਦਾ ਜੋਬਸ ਹੁੰਦੇ ਕਿਹੜੇ ਅਨਕੁਆਲੀਫਾਈਡ ਪੀਪਲ ਆ, ਬਟ ਦੇ ਵਰ ਜੋਬਸ ਮੇਡ ਫੋਰ ਦੈਮ, ਤਾਂ ਫਿਰ ਕਿਹੜੀਆਂ ਲੂਟਿੰਗਸ ਹੈ ਇੱਦਾਂ ਦੀਆਂ ਆ ਘੱਟ ਸਕਦੀਆਂ, ਕਿਉਂਕਿ ਵਾਈ ਡਿਡ ਦੇ ਡੂ ਇਟ ਫੋਰ ਮਨੀ, ਅਤੇ ਜੇ ਉਹਨਾਂ ਕੋਲ ਜੋਬਸ ਹੋਣ ਅਤੇ ਦੇ ਗੈਟ ਅ ਰੈਗੂਲਰ ਇਨਕਮ, ਦੇ ਵੁਡਨਟ ਚੋਰੀ ਵਗੈਰਾ ਨਹੀਂ ਕਰਨਗੇ ਫਿਰ। ਬਹੁਤ ਚੰਗਾ ਵਿਚਾਰ ਹੈ ਤੁਹਾਡਾ। ਬੇਸਿਕਲੀ ਤੁਸੀਂ ਕਹਿ ਰਹੇ ਜੇ ਕਿ ਸੋਚਣਾ ਇਹ ਚਾਹੀਦਾ ਵੀ ਲੁੱਟ ਖੋਹ ਦੇ ਵਾਕਿਆ ਕਿਉਂ ਹੁੰਦੇ ਆ, ਔਰ ਲੁੱਟ ਖੋਹ ਦੇ ਵਾਕਿਆ ਇਸ ਕਰਕੇ ਹੋ ਰਹੇ ਆ ਕਿਉਂਕਿ ਇੱਥੇ ਬੇਰੁਜ਼ਗਾਰੀ ਬਹੁਤ ਜ਼ਿਆਦਾ ਵਾ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਬੇਰੁਜ਼ਗਾਰੀ, ਲੋਕਾਂ ਨੂੰ ਪ੍ਰੋਪਰ ਐਜੂਕੇਸ਼ਨ ਹੋਵੇ, ਉਹਨਾਂ ਨੂੰ ਜੋਬਸ ਮਿਲਣ, ਔਰ ਜੇ ਉਹਨਾਂ ਨੂੰ ਜੋਬਸ ਮਿਲਣਗੀਆਂ ਤਾਂ ਕੋਈ ਇਸ ਪਾਸੇ ਲੁੱਟ ਖੋਹ ਵੱਲ ਨਹੀਂ ਪਊਗਾ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਸਿਸਟਮ ਜਿਹਾ ਬਣਿਆ ਵਾ ਵੀ ਹਰ ਬੰਦਾ ਕੋਈ ਨਾ ਕੋਈ ਲੇਬਰ ਵਗੈਰਾ ਕਰਕੇ ਆਪਣੇ ਬੇਸਿਕ ਰੋਜ਼ਮਰਾ ਦੀ ਜ਼ਿੰਦਗੀ ਜਿਹੜੀ ਆ ਉਹ ਜ਼ਰੂਰ ਚਲਾ ਸਕਦਾ ਵਾ। ਬਹੁਤ ਚੰਗਾ ਵਿਚਾਰ ਹੈ ਤੁਹਾਡਾ, ਇਨਫੈਕਟ ਇਸ ਪਾਸੇ ਜਾਣਾ ਚਾਹੀਦਾ। ਇਹ ਲੌਂਗ ਟਰਮ ਮੈਜਰ ਆ, ਇਮੀਡੀਏਟ ਵੈਸੇ ਸਾਨੂੰ ਕੋਈ ਨਾ ਕੋਈ ਕਦਮ ਚੁੱਕਣੇ ਪੈਣੇ ਆ, ਔਰ ਉਹਨਾਂ ਦੇ ਵਿੱਚ ਜਿਵੇਂ ਮੈਂ ਦੱਸਿਆ ਵਾ ਵੀ ਇੱਕ ਕਦਮ 'ਤੇ ਆਪਾਂ ਇਹ ਚੁੱਕ ਸਕਦੇ ਹਾਂ ਵੀ ਆਪਣੇ ਨਾਲ ਕੋਈ ਬੰਦਾ ਇਹੋ ਜਿਹਾ ਜ਼ਰੂਰ ਰੱਖੋ ਵੀ ਤੁਹਾਨੂੰ ਕੋਈ ਲੁੱਟ ਖੋ ਜਾਂ ਤੁਹਾਨੂੰ ਕੋਈ ਕਿਡਨੈਪ ਜਾਂ ਮਾਰਨ ਦੀ ਕੋਸ਼ਿਸ਼ ਨਾ ਕੋਈ ਕਰੇ। ਇੱਕ ਹੋਰ ਇੰਸੀਡੈਂਟ ਬਹੁਤ ਜਿਹੜੇ ਹੋ ਰਹੇ ਆ ਉਹ ਹੈਗੇ ਆ ਰੋਡ ਐਕਸੀਡੈਂਟਸ, ਜਿਹੜੇ ਆ ਸੜਕ ਹਾਦਸੇ। ਸੜਕ ਹਾਦਸਿਆਂ ਦੇ ਵਿੱਚ ਵੈਸੇ ਤਾਂ ਕਿਸੇ ਦੀ ਵੀ ਜੇ ਜਾਨ ਜਾਂਦੀ ਆ ਤਾਂ ਬਹੁਤ ਅਫਸੋਸ ਹੁੰਦਾ, ਪਰ ਜਦੋਂ NRI ਆ ਕੇ ਇੱਥੇ ਮਰ ਜਾਂਦੇ ਆ ਉਹਨਾਂ ਦਾ ਬਹੁਤ ਅਫਸੋਸ ਹੁੰਦਾ ਕਿਉਂਕਿ ਉਹਨਾਂ ਦਾ ਇੱਥੇ ਉਹਨਾਂ ਨੂੰ ਟੇਕ ਕੇਅਰ ਕਰਨ ਵਾਲਾ ਹੀ ਕੋਈ ਨਹੀਂ ਗਾ, ਉਹਨਾਂ ਦੀ ਬੋਡੀ ਨੂੰ ਟੇਕ ਕੇਅਰ ਕਰਨ ਵਾਲਾ ਕੋਈ ਕੇਅਰਾਂ ਕੋਈ ਨਹੀਂ ਹੁੰਦਾ, ਔਰ ਉਹ ਸਿਸਟਮ ਦੇ ਵਿੱਚੋਂ ਆਉਂਦੇ ਆ ਜਿੱਥੇ ਬਹੁਤ ਜ਼ਿਆਦਾ ਰੋਡ ਦੇ ਉੱਤੇ ਰੂਲਸ ਆ, ਰੈਗੂਲੇਸ਼ਨਸ ਆ, ਔਰ ਇੱਥੇ ਆ ਕੇ ਕਈ ਵਾਰ ਔਰ ਬਹੁਤ ਸਾਰੇ NRIs ਇੱਥੇ ਆ ਕੇ ਗੱਡੀ ਚਲਾਉਣ ਦੀ ਵੀ ਆਪ ਕੋਸ਼ਿਸ਼ ਕਰਦੇ ਆ, ਜਿਹੜੀ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਇੱਥੇ ਉਹੋ ਜਿਹੇ ਟ੍ਰੈਫਿਕ ਰੂਲਸ ਨਹੀਂ ਬਣੇ ਜਿਹੋ ਜਿਹੇ ਬਾਹਰਲੇ ਰੂਲਸ ਬਣੇ ਆ। ਸੋ ਇਹ ਔਰ ਇੱਥੇ ਕਈ ਵਾਰ ਲੈਫਟ ਹੈਂਡ ਔਰ ਰਾਈਟ ਹੈਂਡ ਡਰਾਈਵ ਦਾ ਵੀ ਮਸਲਾ ਪੈ ਜਾਂਦਾ ਵਾ। ਸੋ ਇੱਥੇ ਗੱਡੀ ਬਿਲਕੁਲ ਨਹੀਂ ਚਲਾਉਣੀ ਚਾਹੀਦੀ ਜਿਹੜੀ ਬਹੁਤ ਸਾਰੇ NRIs ਕੋਸ਼ਿਸ਼ ਕਰਦੇ ਆ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਉਹਨਾਂ ਦਾ ਦੇਖਦੇ ਹਾਂ ਕੀ ਵਿਚਾਰ ਆ। ਹੈਲੋ, 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 ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਭਾਈ ਜਾਨ, ਕੀ ਦੇਖਣਾ ਚਾਹੁੰਦੇ ਤੁਸੀਂ? ਹਾਂਜੀ ਆਪਣੇ ਵੀਰ ਜੀ, ਹੈਲੋ, ਹਾਂਜੀ ਹਾਂਜੀ ਬਿਲਕੁਲ ਔਨ 에ਅਰ ਜੇ ਤੁਸੀਂ, ਤੁਹਾਡੀ ਆਵਾਜ਼ ਆ ਰਹੀ ਆ, ਆਪਣੀ ਗੱਲ ਕਹੋ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੇ ਮੈਂ ਹਰਮਨ ਗੱਦੇਵਾਲ ਬੋਲਦਾ ਜੀ, ਟੋਰਾਂਟੋ ਤੋਂ। ਹਾਂਜੀ ਹਰਮਨ ਜੀ। ਹਾਂਜੀ ਆ ਜਿਹੜੀ ਪਹਿਲਾਂ ਗੱਲ ਚੱਲ ਰਹੀ, ਤੁਸੀਂ ਬੋਲਦੇ ਰਹੋ, ਤੁਹਾਡੀ ਆਵਾਜ਼ ਬਿਲਕੁਲ ਆ ਰਹੀ ਆ, ਤੁਸੀਂ ਤੁਸੀਂ ਆਪਣੇ ਟੀਵੀ ਵੱਲ ਨਾ ਵੇਖੋ। ਉਹਦੀ ਮੈਂ ਗੱਲ ਕਰ ਰਿਹਾ ਸੀਗਾ, ਇੰਡੀਆ ਤਾਂ ਜਾਨੀ ਕਿ ਮੈਂ ਹਰੇਕ ਸਾਲ ਹੀ ਆਉਂਦਾ, ਮੈਨੂੰ ਬੜਾ ਚਿਰ ਨਹੀਂ ਹੋਇਆ ਗਏ ਨੂੰ। ਤੁਸੀਂ ਆਪਣੇ ਟੀਵੀ ਦਾ ਵੋਲਿਊਮ ਹੌਲੀ ਕਰ ਲਓ, ਟੀਵੀ ਵੱਲ ਵੇਖ ਕੇ ਨਾ ਗੱਲ ਕਰੋ ਪਲੀਜ਼। ਹੋਇਆ ਗਏ ਨੂੰ ਟੀਵੀ ਕੰਨੀ ਨਹੀਂ, ਮੈਂ ਦੇਖ ਰਿਹਾ 15 ਸਾਲ ਹੋਇਆ ਗਏ ਨੂੰ, ਤੇ ਉਹ ਮੈਂ ਹੁਣ ਜਦੋਂ ਹਰੇਕ ਸਾਲ ਆਉਂਦਾ ਤਾਂ ਇੱਥੇ ਨਾ ਜਿਵੇਂ ਆਪਾਂ ਦੇਖਦੇ ਹਾਂ ਜਿਵੇਂ ਗੱਲਾਂ। ਹੈਲੋ, ਇੰਡੀਆ ਤਾਂ ਬਹੁਤ ਜਾਨੀ ਕਿ ਇੰਨਾ ਖਰਾਬ ਹੋਇਆ ਹੋਇਆ ਬਾਈ ਜੀ, ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਕੰਮ,
ਬੜਾ ਦਿਲ ਕਰਦਾ ਆਉਣ ਨੂੰ, ਆਪੋ ਆਪਣੇ ਜਿਵੇਂ ਗਵਾਂਢੀ ਜਾਂ ਕਿੱਦਾਂ ਵੀ ਕੋਈ ਵੀ ਹਰੇਕ ਆਪਦਾ ਲਾਲਚ ਕਰਦਾ ਵਾ, ਹਨਾ, ਹਰੇਕ ਨੂੰ ਖਵਾਈ ਪਿਲਾਓ ਜਾਂ ਉਹਨਾਂ ਚਿਰ ਤਾਂ ਠੀਕ ਆ, ਨਹੀਂ ਅਗਲਾ ਅੜਾਉਣ ਨੂੰ ਫਿਰਦਾ ਵਾ, ਹਰੇਕ ਸਾਲ ਆਈਦਾ ਇੱਥੇ ਕਮਾਈਆਂ ਕਰਦੇ ਆ। ਬਿਲਕੁਲ ਮੈਂ ਅਗਰੀ ਕਰਦਾ ਤੁਹਾਡੇ ਨਾਲ ਕਿ ਇੱਥੇ ਲਾਲਚ ਬਹੁਤ ਲੋਕਾਂ ਨੂੰ ਹੋ ਗਿਆ ਵਾ, ਸੋ ਇੱਥੇ ਬੰਦੇ ਨੂੰ ਬਹੁਤ ਕੇਅਰਫੁਲ ਹੋਣਾ ਪੈਂਦਾ। ਇੱਕ ਅਗਲੇ ਕਾਲਰ ਸੁਣਦੇ ਕਿਉਂਕਿ ਇਹਨਾਂ ਦੀ ਗੱਲ ਪੂਰੀ ਸਮਝ ਨਹੀਂ ਸੀ ਆ ਰਹੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਨਵਰ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਭਾਈ ਜਾਨ? ਹਾਂ, ਮੈਂ ਜੀ ਪੌਲ ਬੋਲਣਾ ਜੀ, ਆਪਣੇ ਅੰਟਾਰੀਓ ਤੋਂ ਜੀ। ਹਾਂਜੀ ਹਾਂਜੀ, ਪੌਲ ਜੀ ਦੱਸੋ ਕੀ ਕਹਿਣਾ ਚਾਹੁੰਦੇ ਜੇ, ਸਮਾਂ ਬੜਾ ਥੋੜ੍ਹਾ ਸੰਖੇਪ ਦੇ ਵਿੱਚ। ਹਾਂਜੀ, ਓਕੇ ਜੀ, ਬਸ ਆਪਾਂ ਨੇ ਲੈਣੇ ਥੋੜ੍ਹੇ ਸੈਕਿੰਡ ਨੇ ਜੀ, ਵੀ ਜਦੋਂ ਅਸੀਂ ਇੰਡੀਆ ਜਾਂਦੇ ਹਾਂ ਜੀ, ਜਿਹੜੇ ਆਪਣੇ ਸਿਟੀਜ਼ਨ ਹੁੰਦੇ ਨੇ, ਵੀ ਜੇ ਉਹ ਆਪ ਗੱਡੀ ਚਲਾਉਣਾ ਚਾਹੁਣ, ਵੀ ਉਹਦੀ ਜਿਹੜਾ ਲੀਗਲ ਲਾਇਸੈਂਸ ਦਾ ਕਿਆ ਸਿਸਟਮ ਹੈ ਜੀ? ਅਤੇ ਪੰਜਾਬ ਗੌਰਮੈਂਟ ਨੂੰ ਥੋੜ੍ਹਾ ਇਹ ਵੀ ਚਾਹੀਦਾ ਸਾਨੂੰ ਟੈਂਪਰੇਰੀ, ਜੇ ਅਸੀਂ 2 ਮਹੀਨੇ ਲਈ ਜਾਂਦੇ ਹਾਂ, ਸਾਨੂੰ ਕੋਈ ਅਸਲੇ ਦਾ ਲਾਇਸੈਂਸ ਵਗੈਰਾ ਟੈਂਪਰੇਰੀ ਦੇ ਦੇਣ, ਤਾਂ ਕਿ ਅਸੀਂ ਜਦੋਂ ਆਈਏ ਅਸਲਾ ਜਮ੍ਹਾਂ ਕਰਾ ਦੇਈਏ ਅਤੇ ਉਹਨਾਂ ਨੂੰ ਲਾਇਸੈਂਸ ਦੇ ਕੇ ਵਾਪਸ ਆ ਜਾਈਏ, ਥੋੜ੍ਹੀ ਬਹੁਤੀ ਸੇਫਟੀ ਹੋ ਜਾਂਦੀ, ਥੋੜ੍ਹਾ ਬਹੁਤਾ ਸਕੇਅਰ ਹੋ ਜਾਂਦਾ ਬੰਦਾ। ਤੁਹਾਡਾ ਕੀ ਖਿਆਲ ਹੈ ਜੀ? ਥੈਂਕ ਯੂ ਜੀ। ਮੇਰਾ ਖਿਆਲ ਹੈ, ਦੇਖੋ ਡਰਾਈਵਿੰਗ ਦਾ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਜੇ ਤੁਹਾਡੇ ਕੋਲ ਇੱਥੇ ਇੰਡੀਆ ਦਾ ਪਹਿਲਾਂ ਵੈਲਿਡ ਲਾਇਸੈਂਸ ਸੀਗਾ ਔਰ ਹੁਣ ਤੁਸੀਂ ਬਾਹਰ ਗੱਡੀ ਚਲਾਉਂਦੇ ਜੇ ਤਾਂ ਤੁਸੀਂ ਇੱਥੇ ਗੱਡੀ ਚਲਾ ਸਕਦੇ ਜੇ, ਉਹਦੀ ਕੋਈ ਪ੍ਰੋਬਲਮ ਨਹੀਂ ਹੈਗੀ, ਤੁਹਾਡਾ ਬਾਹਰ ਵਾਲਾ ਲਾਇਸੈਂਸ ਜਿਹੜਾ ਇੱਥੇ ਵੈਲੀਡੇਟ ਹੋ ਸਕਦਾ। ਪਰ ਮੈਂ ਐਡਵਾਈਜ਼ ਨਹੀਂ ਕਰੂੰਗਾ ਕਿ ਇੱਥੇ ਤੁਸੀਂ ਆਪਣੀ ਗੱਡੀ ਉਸ ਲਾਇਸੈਂਸ 'ਤੇ ਚਲਾਓ, ਕਿਉਂਕਿ ਇੱਥੇ ਰੂਲਸ ਰੈਗੂਲੇਸ਼ਨਸ ਜਿਹੜੇ ਆ ਉਹ ਹੋ ਰਿਹਾ ਜਾਂ ਕਈ ਥਾਵਾਂ 'ਤੇ ਹੈ ਹੀ ਨਹੀਂ, ਖਾਸ ਕਰਕੇ ਪੰਜਾਬ ਦੇ ਵਿੱਚ ਬਹੁਤ ਹੀ ਰੋਡ ਸੇਫਟੀ ਦੇ ਰੈਗੂਲੇਸ਼ਨਸ ਇਨਫੋਰਸ ਨਹੀਂ ਹੋ ਰਹੇ, ਸੋ ਇਸ ਕਰਕੇ ਬੜਾ ਰਿਸਕੀ ਆ। ਮੈਂ ਐਡਵਾਈਜ਼ ਇਹੀ ਕਰੂੰਗਾ ਕਿ ਇੱਥੇ ਆ ਕੇ ਤੁਸੀਂ ਜੇ ਟੈਕਸੀ ਲੈ ਲਓ ਜਾਂ ਕਿਸੇ ਆਪਣੇ ਲੋਕਲ ਰਿਸ਼ਤੇਦਾਰ ਨੂੰ ਨਾਲ ਲੈ ਲਓ ਅਤੇ ਉਹ ਗੱਡੀ ਚਲਾਵੇ, ਕਿਉਂਕਿ ਤੁਹਾਡੇ ਕੋਲ ਇੱਥੇ ਗੱਡੀ ਚੱਲਣੀ ਉਹੋ ਜਿਹੇ ਬਾਹਰ ਦੇ ਸਿਸਟਮ ਨਹੀਂ ਬਣੇ। ਦੂਸਰਾ ਤੁਸੀਂ ਕਿਹਾ ਵਾ ਵੀ ਇੱਥੇ ਜੇ ਤੁਹਾਨੂੰ ਟੈਂਪਰਰੀਲੀ ਕੋਈ ਵੈਪਨ ਦਾ ਲਾਇਸੈਂਸ ਮਿਲ ਜੇ, ਇਹ ਵੀ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਕਿ ਕਈ ਵਾਰ ਤੁਹਾਡੇ ਹਥਿਆਰ ਲੈਣ ਵਾਸਤੇ ਤੁਹਾਡੇ 'ਤੇ ਹਮਲਾ ਹੋ ਸਕਦਾ ਵਾ, ਕਿਉਂਕਿ ਬੰਦਾ ਹਥਿਆਰ ਜਿਹੜਾ ਉਹ ਹੱਥ ਦੇ ਵਿੱਚ ਤਾਂ ਫੜ ਕੇ ਤੁਰ ਨਹੀਂ ਸਕਦਾ। ਆਫਟਰ ਆਲ ਵੈਪਨ ਵੀ ਤੁਸੀਂ ਰਾਤ ਨੂੰ ਸੌਣ ਲੱਗਿਆ ਵੀ ਕਿਤੇ ਰੱਖੋਗੇ, ਲੋਕ ਐਂਡ ਕੀ ਥੱਲੇ ਰੱਖੋਗੇ, ਜਾਂ ਤੁਸੀਂ ਜੇ ਕੈਰੀ ਵੀ ਕਰ ਰਹੇ ਜੋ ਉਹਨੂੰ ਆਪਣੇ ਨਾਲ ਅਤੇ ਉਹਨੂੰ ਆਪਣੇ ਹੋਲਸਟਰ ਦੇ ਵਿੱਚ ਰੱਖੋਗੇ ਜਾਂ ਆਪਣੇ ਟੈਚੀ ਕੇਸ ਦੇ ਵਿੱਚ ਰੱਖੋਗੇ, ਸੋ ਇਸ ਕਰਕੇ ਉਹਦੇ ਉਹਨੂੰ ਵੀ ਲੁੱਟਣ ਵਾਸਤੇ ਕੋਈ ਪੈ ਸਕਦਾ ਵਾ। ਮੇਰਾ ਖਿਆਲ ਇਹ ਕੋਈ ਬਹੁਤਾ ਸਿਸਟਮ ਚੰਗਾ ਨਹੀਂ ਗਾ, ਸਿਸਟਮ ਤਾਂ ਇਹੋ ਹੀ ਆ ਵੀ ਏਰੀਆ ਸਿਕਿਉਰਿਟੀ ਹੋਣੀ ਚਾਹੀਦੀ ਆ, ਵੀ ਪਿੰਡਾਂ ਦੇ ਵਿੱਚ ਜੇ ਪ੍ਰੋਪਰ ਸਿਕਿਉਰਿਟੀ ਹੋਵੇ, ਹੋਟਲਾਂ ਦੇ ਵਿੱਚ ਪ੍ਰੋਪਰ ਸਿਕਿਉਰਿਟੀ ਵੈਸੇ ਵੀ ਹੈ ਵਾ, ਔਰ ਮੇਰੇ ਖਿਆਲ ਥੋੜ੍ਹਾ ਜਿਹਾ ਕੇਅਰਫੁਲ ਰਹਿਣਾ ਪਊਗਾ ਕਿ ਜਿੱਥੇ ਵੀ ਜਾਣਾ ਵਾ ਨਾਲ ਕਿਸੇ ਨੂੰ ਲੈ ਕੇ ਚੱਲੋ, ਇਹਨਾਂ ਸਿਸਟਮਸ ਦੇ ਨਾਲ ਬਿਹਤਰੀ ਤੁਹਾਡੀ ਜਿਹੜੀ ਸੁਰੱਖਿਆ ਵਾ ਉਹ ਡੈਫੀਨੇਟਲੀ ਇਨਸ਼ੋਰ ਹੋ ਸਕਦੀ ਆ। ਇੱਕ ਲਾਸਟ ਕਾਲਰ ਅਸੀਂ ਲੈ ਕੇ, ਨਹੀਂ ਮੇਰੇ ਖਿਆਲ ਮੈਨੂੰ ਇਸ਼ਾਰਾ ਹੋ ਗਿਆ ਵੀ ਲਾਸਟ ਕਾਲ ਵੀ ਮੈਂ ਨਹੀਂ ਲੈ ਸਕਣੀ, ਮੈਨੂੰ ਪਤਾ ਵਾ ਬਹੁਤ ਸਾਰੇ ਸੱਜਣ ਸਾਡੇ ਨਾਲ ਨੇ, ਮੈਂ ਉਹਨਾਂ ਤੋਂ ਮੁਆਫੀ ਚਾਹੁੰਦਾ ਵਾਂ। ਹੁਣ ਅੱਜ ਇੰਨਾ ਹੀ, ਸਮਾਂ ਖਤਮ ਹੋਣ ਜਾ ਰਿਹਾ ਵਾ, ਸੋ ਹੁਣ ਆਪਾਂ ਵੀਕਐਂਡ ਤੋਂ ਬਾਅਦ ਮਿਲਾਂਗੇ। ਇਹ ਮਸਲਾ ਬਹੁਤ ਇੰਟਰਸਟਿੰਗ ਸੀ, ਇਹ ਮਸਲਾ ਜਿਹੜਾ ਬਹੁਤ ਜ਼ਰੂਰੀ ਆ, ਇਹ ਇਨਫੈਕਟ ਇਹਨੂੰ ਦੁਬਾਰਾ ਇੱਕ ਵਾਰੀ ਅਗਲੇ ਹਫ਼ਤੇ ਬਲੂ ਸਟਾਰ ਵੀਕ ਤੋਂ ਬਾਅਦ ਆਪਾਂ ਦੁਬਾਰਾ ਜ਼ਰੂਰ ਵਿਚਾਰਾਂਗੇ। ਵੀਕਐਂਡ ਆਪਣਾ ਇੰਜੋਏ ਕਰੋ, ਨਮਸਕਾਰ, ਸਤਿ ਸ਼੍ਰੀ ਅਕਾਲ, ਰੱਬ ਰਾਖਾ।